ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸੁੱਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 26 ਤਰੀਕ ਆ ਅਤੇ ਦਿਨ ਜਿਹੜਾ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲੈਣ ਦਾ ਸਮਾਂ ਜਿਹੜਾ ਉਹਨਾਂ ਨੇ ਤਰੀਕ ਨੂੰ ਅੱਗੇ ਕੀਤਾ ਆ, ਸੋ ਉਸ ਮੌਕੇ ਦਾ ਫਾਇਦਾ ਲੈਂਦੇ ਹੋਏ ਅੱਜ ਹੀ ਆਪਣੀ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲਓ। ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਇਸ ਵਾਰ ਸਟੇਟ ਆਫ ਕੈਲੀਫੋਰਨੀਆ ਦੁਆਰਾ ਭਾਰੀ ਜੁਰਮਾਨਾ ਪਾਇਆ ਜਾਵੇਗਾ। ਜੁਰਮਾਨੇ ਤੋਂ ਬਚਣ ਲਈ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ, ਮੈਂ ਸਤਨਾਮ ਸਿੰਘ, ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲਾ, ਕਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਮਿੰਦਰ ਧਾਲੀਵਾਲ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਗੁਰਚਰਨ ਸਿੰਘ, ਸਾਰੇ ਜਾਣੇ ਬੇਕਰ ਸਪੀਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਮਿੰਟੂ ਗੁਰਸਰੀਆ ਜੀ, ਇੰਡੀਆ ਦੀ ਜਿਹੜੀ ਸਿਚੁਏਸ਼ਨ ਉਹ ਤਾਂ ਦੱਸ ਗਏ ਆ, ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਆ, 200 ਤੋਂ ਵੱਧ ਜਿਹੜੇ ਫੱਟੜ ਹੋਏ ਆ। ਅਤੇ ਮੈਂ ਕੱਲ੍ਹ ਖਬਰ ਪੜ੍ਹ ਰਿਹਾ ਸੀ, ਇੱਕ 85 ਸਾਲਾਂ ਦੀ ਬਜ਼ੁਰਗ ਮੁਸਲਮਾਨ ਔਰਤ ਨੂੰ ਜਿੰਦਾ ਜਲਾ ਦਿੱਤਾ ਗਿਆ, ਮਸਜਿਦ ਨੂੰ ਜਲਾਇਆ ਗਿਆ, ਉਹਦੇ 'ਤੇ ਹਨੂੰਮਾਨ ਦੇ ਝੰਡੇ ਲਾਏ ਗਏ ਹੈਗੇ ਆ। ਸੋ ਕਾਫੀ ਕੁਛ ਜਿਹੜਾ ਆ ਜ਼ੁਲਮ ਉੱਥੇ ਮਿਨੋਰਟੀਜ਼ 'ਤੇ ਇਸ ਟਾਈਮ ਹੋ ਰਿਹਾ ਹੈਗਾ। ਬਿਲਕੁਲ ਜੀ, ਘਰਾਂ ਦੇ ਉੱਤੇ, ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਦੇ ਉੱਤੇ, ਬਿਜ਼ਨਸ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਜਿਹੜੇ ਹਮਲੇ ਆ ਨਿਸ਼ਾਨਦੇਹੀ ਕਰਕੇ ਜਿਹੜੇ ਆ ਉਹ ਹੋ ਰਹੇ ਨੇ। ਬਿਲਕੁਲ ਜਿੱਦਾਂ 84 ਦੇ ਵਿੱਚ ਕਤਲੋਗਾਰਤ ਕੀਤੀ ਗਈ ਸੀ, ਉਸੇ ਤਰੀਕੇ ਦਾ ਜਿਹੜਾ ਕੰਮ ਆ ਇਸ ਟਾਈਮ ਹੋ ਰਿਹਾ ਆ। ਕਿੰਨੇ ਮਹੀਨੇ ਤੋਂ ਹਰਜੋਤ ਸਿੰਘ ਜੀ ਉੱਥੇ ਉੱਦਾਂ ਪਹਿਲਾਂ ਉਹ ਸ਼ਾਹੀਨ ਬਾਗ ਦੇ ਵਿੱਚ ਚੱਲ ਰਿਹਾ ਸੀ, ਅਚਾਨਕ ਜਦੋਂ ਡੋਨਲਡ ਟਰੰਪ ਹੋਣਾ ਨੇ ਉੱਥੇ ਪਹੁੰਚਣਾ ਸੀ, ਉਸ ਤੋਂ ਬਾਅਦ ਉਸ ਦੇ ਦੌਰਾਨ ਹੀ ਜਿਹੜਾ ਕਪਿਲ ਸ਼ਰਮਾ ਜਿਹੜਾ ਹੈਗਾ ਉਸਦੀ ਜਿਹੜੀ ਆ ਅੱਗ ਭੜਕਾਊ ਵਾਲੀ ਬਿਆਨਬਾਜ਼ੀ ਤੋਂ ਬਾਅਦ ਦੇ ਵਿੱਚ ਸਾਰਾ ਕੁਛ ਹੋਣਾ ਜਿਹੜਾ ਉਹ ਸ਼ੁਰੂ ਹੋਇਆ, ਅਤੇ ਹੁਣ ਤੱਕ ਦਿੱਲੀ ਜਿਹੜੀ ਆ ਫਿਰ ਉਹ ਜਲ ਰਹੀ ਆ, ਅਤੇ 25 ਜਾਣੇ ਜਿਹੜੇ ਹੁਣ ਤੱਕ ਜਾਨ ਗਵਾ ਚੁੱਕੇ ਆ, ਅਤੇ ਪਤਾ ਨਹੀਂ ਆਉਂਦੇ ਦਿਨਾਂ ਦੇ ਵਿੱਚ ਹਾਲਾਤ ਕਿੱਦਾਂ ਦੇ ਜਿਹੜੇ ਉਹ ਰਹਿਣ ਵਾਲੇ ਹੈਗੇ ਨੇ। ਅਤੇ ਅਜੇ ਵੀ ਕਈ ਲੋਕਾਂ ਦੀਆਂ ਅੱਖਾਂ ਦੇ ਉੱਤੇ ਇਹ ਪਰਦਾ ਹੈਗਾ ਆ, ਉਹ ਸੋਚ ਰਹੇ ਨੇ ਵੀ ਸ਼ਾਇਦ ਜਿਹੜਾ ਇਸ ਦੇ ਵਿੱਚ ਮਾਈਨੋਰਟੀਜ਼ ਦਾ ਹੀ ਫਿਰ ਕਸੂਰ ਹੈਗਾ ਆ। ਸੋ ਬਿਲਕੁਲ, ਅਸੀਂ ਵੱਧ ਤੋਂ ਵੱਧ ਜਿੰਨੀਆਂ ਨਿਊਜ਼ ਹੈਗੀਆਂ ਸਾਰੇ ਵਰਲਡ ਦੇ ਨਿਊਜ਼ ਪੇਪਰ ਦੀਆਂ ਉਹ ਫੇਸਬੁੱਕ 'ਤੇ ਸ਼ੇਅਰ ਕੀਤੀਆਂ, ਅਤੇ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਜੀ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ, ਕੱਲ੍ਹ ਆਪਣੀ ਜਿਹੜੀ ਅਮੈਰੀਕਾ ਦੀ ਜੇ ਗੱਲ ਕਰਦੇ ਜਾਈਏ, ਤਾਂ ਇਸ ਦੀ ਜਿਹੜੀ ਕੱਲ੍ਹ ਡੈਮੋਕ੍ਰੇਟਿਕ ਡਿਬੇਟ ਜਿਹੜਾ ਉਹ ਹੋਇਆ ਸਾਊਥ ਕੈਰੋਲੀਨਾ ਦੇ ਵਿੱਚ, ਆਉਂਦੇ ਸ਼ਨਿਚਰਵਾਰ ਨੂੰ ਉੱਥੇ ਜਿਹੜੀ ਹਰਜੋਤ ਸਿੰਘ ਜੀ ਉੱਥੇ ਪ੍ਰਾਇਮਰੀ ਹੋਣੀ ਆ, ਫਿਰ ਉਸ ਤੋਂ ਬਾਅਦ ਸੁਪਰ ਟਿਊਜ਼ਡੇ ਜਿਹੜਾ ਆਉਣ ਜਾ ਰਿਹਾ ਆ। ਸੋ ਇਸ ਡੈਮੋਕ੍ਰੇਟਿਕ ਡਿਬੇਟ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਦੇਖੀ ਗਈ ਵੀ ਬਰਨੀ ਸੈਂਡਰਸ, ਜਿਸਨੂੰ ਸੋਸ਼ਲਿਸਟ ਡੈਮੋਕ੍ਰੇਟ ਜਿਹੜਾ ਉਹ ਆਖਿਆ ਜਾ ਰਿਹਾ ਆ, ਉਸ ਦੇ ਉੱਤੇ ਜਿਹੜੇ ਕਾਫੀ ਤਿੱਖੇ ਹਮਲੇ ਜਿਹੜੇ ਉਹ ਕੀਤੇ ਗਏ ਨੇ। ਬਲੂਮਬਰਗ ਵੀ ਇਸ ਦੇ ਵਿੱਚ ਜਿਹੜਾ ਮੌਜੂਦ ਸੀਗਾ, ਬਾਕੀ ਜਾਣੇ ਵੀ ਜਿਹੜੇ ਉਹ ਮੌਜੂਦ ਸੀਗੇ। ਸੋ ਇਸ ਦੇ ਵਿੱਚ ਜਿਹੜਾ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਬਰਨੀ ਸੈਂਡਰਸ ਨੂੰ ਉਹਨਾਂ ਸਾਰਿਆਂ ਨੇ ਜਿਹੜਾ ਮਿਲ ਕੇ ਜਿਹੜਾ ਥੱਲੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਪਰ ਕਹਿੰਦੇ ਇਨ ਦੀ ਐਂਡ ਫਿਰ ਜਿਹੜੇ ਵਿਨਰਸ ਦੇ ਵਿੱਚੋਂ ਬਰਨੀ ਸੈਂਡਰਸ ਹੀ ਉੱਭਰ ਕੇ ਉਹ ਆਇਆ। ਇਸ ਡਿਬੇਟਸ ਦੇ ਬਾਰੇ ਚਰਚਾ ਚੱਲ ਰਹੀ ਸੀਗੀ ਹਰਜੋਤ ਸਿੰਘ ਜੀ, ਜਿਹੜੀਆਂ ਕੁਛ ਰਿਪੋਰਟਾਂ ਦੇ ਮੁਤਾਬਕ ਕਹਿੰਦੇ ਵੀ $1800 ਦੀ ਜਿਹੜੀ ਟਿਕਟ ਸੀਗੀ ਇਸ ਡਿਬੇਟ ਦੇ ਵਿੱਚ ਸੀਟ ਹਾਸਲ ਕਰਨ ਦੇ ਲਈ, ਅਤੇ ਕਹਿੰਦੇ ਵੀ ਸਾਰੇ ਜਣੇ ਜਾਣਦੇ ਆ ਵੀ ਇੰਨੇ ਮਹਿੰਗੀ ਟਿਕਟ ਲੈ ਕੇ ਉੱਥੇ ਕਿੱਦਾਂ ਦੇ ਲੋਕ ਪਹੁੰਚਣਗੇ, ਅਤੇ ਜਿਹੜਾ ਸੋਸ਼ਲਿਸਟ ਏਜੰਡੇ ਵਾਲਾ ਬਰਨੀ ਸੈਂਡਰ ਦਾ ਫਿਰ ਉਸ ਦੇ ਖਿਲਾਫ਼ ਬੂਇੰਗ ਅਤੇ ਇੱਦਾਂ ਦੀਆਂ ਚੀਜ਼ਾਂ ਉਸ ਦੀਆਂ ਗੱਲਾਂ ਦੇ ਉੱਤੇ ਉਹ ਹੋਣੀਆਂ ਸੀਗੀਆਂ। ਇਸ ਮਾਮਲੇ ਦੇ ਵਿੱਚ ਬਰਨੀ ਸੈਂਡਰ ਦੇ ਉੱਤੇ ਜਿਹੜੇ ਤਿੱਖੇ ਹਮਲੇ ਕਿਊਬਾ ਦੇ ਬਾਰੇ ਕੀਤੇ ਹੋਏ ਟਿੱਪਣੀਆਂ ਤੋਂ ਬਾਅਦ ਦੇ ਵਿੱਚ ਵੀ ਉਹ ਹੋ ਰਹੇ ਆ, ਜਿਸ ਦੇ ਵਿੱਚ ਉਹਨੇ ਆਖਿਆ ਸੀਗਾ ਵੀ ਹਰ ਇੱਕ ਮਾੜੀ ਚੀਜ਼ ਦੇ ਵਿੱਚ ਕਈ ਵਾਰੀ ਕੁਛ ਚੰਗੀ ਚੀਜ਼ ਵੀ ਜਿਹੜੀ ਆਪਾਂ ਨੂੰ ਲੱਭ ਜਾਂਦੀ। ਉਹਨਾਂ ਨੇ ਉੱਥੋਂ ਦੇ ਐਜੂਕੇਸ਼ਨ ਸਿਸਟਮ ਦੇ ਬਾਰੇ ਥੋੜ੍ਹਾ ਪੋਜ਼ਿਟਿਵ ਜਿਹੜਾ ਉਹ ਬੋਲਿਆ ਸੀਗਾ। ਸੋ ਉਸ ਮਾਮਲੇ ਨੂੰ ਲੈ ਕੇ ਸਾਰੇ ਜਾਣਿਆਂ ਨੇ ਉੱਥੇ ਇਸ ਦੇ ਉੱਤੇ ਕਹਿ ਲਓ ਵੀ ਤਿੱਖੇ ਹਮਲੇ ਵੀ ਜਿਹੜੇ ਉਹ ਕੀਤੇ, ਅਤੇ ਜਿਹੜੀ ਉੱਥੇ ਪਹੁੰਚੇ ਹੋਏ ਲੋਕ ਸੀਗੇ
ਉਹਨਾਂ ਨੇ ਵੀ ਇਸ ਦਾ ਵਿਰੋਧ ਅਤੇ ਬੂਹ ਕਰਕੇ ਜਿਹੜਾ ਆਪਣਾ ਵਿਰੋਧ ਜਿਹੜਾ ਉਹ ਦਰਸਾਇਆ ਸੀਗਾ। ਅਤੇ ਇਸ ਤੋਂ ਬਾਅਦ ਦੇ ਵਿੱਚ ਟਵਿੱਟਰ ਦੇ ਉੱਤੇ ਇਹ ਚਰਚਾ ਚੱਲੀ ਵੀ ਜਦੋਂ ਜਿਹੜੇ ਅਸਟੈਬਲਿਸ਼ਡ ਡੈਮੋਕ੍ਰੇਟ ਬਰਾਕ ਓਬਾਮਾ ਨੇ ਕਿਊਬਾ ਦੀ ਜਿਹੜੀ ਕੀਤੀ ਸੀਗੀ ਪ੍ਰਸ਼ੰਸਾ ਕੀਤੀ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ, ਉਦੋਂ ਇਹਨਾਂ ਸਾਰੇ ਡੈਮੋਕ੍ਰੇਟਸ ਦੇ ਵਿੱਚੋਂ ਕੋਈ ਨਹੀਂ ਸੀ ਬੋਲਿਆ। ਅੱਜ ਜੇ ਬਰਨੀ ਸੈਂਡਰ ਬੋਲ ਰਿਹਾ ਆ ਤਾਂ ਉਸ ਦੇ ਖਿਲਾਫ਼ ਜਿਹੜੇ ਸਾਰੇ ਜਣੇ ਉਸ ਦੇ ਪਿੱਛੇ ਹੱਥ ਧੋ ਕੇ ਬੈਠੇ ਹੋਏ ਆ। ਐਲਿਜ਼ਾਬੈਥ ਵੈਰਨ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਇਸ ਡਿਬੇਟ ਦੇ ਵਿੱਚੋਂ ਮੋਹਰੀ ਜਿਹੜੀ ਉਹ ਨਿਕਲ ਕੇ ਜਿਹੜੀ ਉਹ ਆਈ ਹੈਗੀ ਆ। ਅਤੇ ਜੋ ਬਾਇਡਨ ਦੀ ਕਹਿੰਦੇ ਵੀ ਚਾਹੇ ਬੈਸਟ ਡਿਬੇਟ ਪਰਫੋਰਮੈਂਸ ਨਹੀਂ ਸੀਗੀ, ਜੇ ਉਹ ਚਰਚਾ ਦੇ ਵਿੱਚ ਨਹੀਂ ਰਿਹਾ ਇੱਕ ਹਿਸਾਬ ਦੇ ਨਾਲ ਉਹਨੂੰ ਵਿਨਰ ਹੀ ਜਿਹੜਾ ਉਹ ਮੰਨਿਆ ਜਾ ਰਿਹਾ ਆ, ਕਿਉਂਕਿ ਅਕਸਰ ਉਹ ਆਪਣੀ ਪੁੱਠੀ ਸਿੱਧੀ ਕਿਸੇ ਟਿੱਪਣੀ ਦੇ ਕਰਕੇ ਜਾਂ ਕੁਛ ਇੱਦਾਂ ਦਾ ਕੰਮ ਕਰਨ ਕਰਕੇ ਉਹ ਫਿਰ ਰਹਿ ਜਾਂਦਾ ਆ। ਇੱਕ ਕਹਿੰਦੇ ਵੀ ਜੋ ਬਾਇਡਨ ਵਾਸਤੇ ਇੱਕ ਪੋਜ਼ਿਟਿਵ ਚੀਜ਼ ਇਸ ਡਿਬੇਟ ਤੋਂ ਬਾਅਦ ਦੇ ਵਿੱਚ ਆਈ ਆ ਵੀ ਸਾਊਥ ਕੈਰੋਲੀਨਾ ਦੇ ਜਿਮ ਕਲਾਈਬਰਨ ਨੇ ਇਹਨਾਂ ਨੂੰ ਇੰਡੋਰਸ ਜਿਹੜਾ ਆ ਉਹ ਉੱਥੇ ਕਰ ਦਿੱਤਾ ਆ। ਇਹ ਕਹਿੰਦੇ ਵੀ ਉਸ ਉੱਥੇ ਦਾ ਹਾਈਐਸਟ ਰੈਂਕਿੰਗ ਅਫਰੀਕਨ ਅਮੈਰੀਕਨ ਜਿਹੜਾ ਕਾਂਗਰਸ ਦੇ ਵਿੱਚ ਉਹ ਹੈਗਾ ਸਾਊਥ ਕੈਰੋਲੀਨਾ ਦਾ, ਸੋ ਉਸ ਦੇ ਨਾਲ ਜਿਹੜੀ ਇਸ ਦੀ ਮਜ਼ਬੂਤ ਜਿਹੜੀ ਆ ਸਥਿਤੀ ਉਹ ਉੱਥੇ ਹੋ ਸਕਦੀ ਆ ਜੀ। ਸੋ ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਜੇ ਆਪਾਂ ਸਾਂਝੀ ਕਰੀਏ, ਕਰੋਨਾ ਵਾਇਰਸ ਕੱਲ੍ਹ ਵਰਲਡ ਹੈਲਥ ਔਰਗੇਨਾਈਜੇਸ਼ਨ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਸੀ, ਕਹਿੰਦੇ ਵੀ ਹੁਣ ਕਰੋਨਾ ਵਾਇਰਸ ਦੇ ਨਾਲ ਚਾਈਨਾ ਤੋਂ ਬਾਹਰ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਜਿਹੜੇ ਆ ਜ਼ਿਆਦਾ ਲੋਕ ਅਫੈਕਟ ਹੋਏ ਹੈਗੇ ਆ ਕੱਲ੍ਹ ਚਾਈਨਾ ਦੇ ਮੁਕਾਬਲੇ। ਸੋ ਆਊਟਸਾਈਡ ਚਾਈਨਾ ਕਹਿੰਦੇ 2790 ਕੇਸਿਸ ਹੈਗੇ ਆ 37 ਮੁਲਕਾਂ ਦੇ ਵਿੱਚ, ਅਤੇ 44 ਜਣਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। ਇਹ ਵਰਲਡ ਹੈਲਥ ਔਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਜਿਹੜੇ ਟੇਡਰੋਸ ਆ ਉਹਨਾਂ ਨੇ ਇਹ ਸਵਿਟਜ਼ਰਲੈਂਡ 'ਚ ਕੱਲ੍ਹ ਦੱਸਿਆ ਹੈਗਾ। ਸੋ ਟੋਟਲ ਵਰਲਡਵਾਈਡ 81,191 ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਅਫੈਕਟਡ ਹੈਗੇ ਆ, ਇਹ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਵੀ ਦੱਸਿਆ। ਸੋ ਵਰਲਡ ਹੈਲਥ ਔਰਗੇਨਾਈਜੇਸ਼ਨ ਦਾ ਵੀ ਕਾਫੀ ਕ੍ਰਿਟੀਸਿਜ਼ਮ ਹੋ ਰਿਹਾ, ਕਹਿੰਦੇ ਪਈ ਚਾਈਨਾ ਵਾਲਿਆਂ ਨੇ CDC ਜਿਹੜੀ ਸੈਂਟਰ ਫੋਰ ਡਿਸੀਜ਼ ਕੰਟਰੋਲ US ਦੀ ਜਿਹੜੀ ਏਜੰਸੀ ਹੈਗੀ ਆ ਜਿਹੜੀ ਕਿਸੇ ਤਰ੍ਹਾਂ ਦੀ ਵੀ ਡਿਸੀਜ਼ ਹੁੰਦੀ ਉਹਨੂੰ ਕੰਟਰੋਲ ਕਰਦੀ ਆ, ਉਹਦੇ ਆਫੀਸ਼ੀਅਲਸ ਨੂੰ ਵਿਜ਼ਿਟ ਨਹੀਂ ਕਰਨ ਦਿੱਤਾ। ਸੋ ਇਸ ਕਰਕੇ ਵੀ ਅਤੇ ਵਰਲਡ ਹੈਲਥ ਔਰਗੇਨਾਈਜੇਸ਼ਨ ਦਾ ਇਸ ਕਰਕੇ ਵੀ ਕ੍ਰਿਟੀਸਿਜ਼ਮ ਹੋ ਰਿਹਾ ਵੀ ਜੋ ਚਾਈਨਾ ਦਾ ਮੀਡੀਆ ਕਹਿ ਰਿਹਾ ਉਸ ਨੂੰ ਹੀ ਅੱਗੇ ਉਹ ਦੱਸ ਰਹੇ ਆ, ਆਪਣੇ ਆਪ ਦੇ ਉੱਤੇ ਜਾ ਕੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਅਜੇ ਤੱਕ ਵੀ ਜਿਹੜੀ ਆ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ ਜੀ। ਜੀ ਸੋ ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਦੀ ਗੱਲ ਕਰਦੇ ਜਾਈਏ, CDC ਨੇ ਹੁਣੇ ਕੁਛ ਸਮਾਂ ਪਹਿਲਾਂ ਜਿਹੜਾ ਕਨਫਰਮ ਕੀਤਾ ਆ ਅਮਰੀਕਾ ਦੇ ਵਿੱਚ ਕੁੱਲ ਹੁਣ 59 ਜਿਹੜੇ ਆ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਆ ਚੁੱਕੇ ਨੇ। ਇਸੇ ਹੀ ਬਾਬਤ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਉਹਨਾਂ ਨੂੰ ਪੇਸ਼ ਜਿਹੜਾ ਕੀਤਾ ਗਿਆ ਸੀਗਾ ਉਹਨਾਂ ਨੂੰ ਪੇਸ਼ੀ ਕੀਤੀ ਗਈ ਸੀ ਉਹਨਾਂ ਦੀ ਇੱਕ ਕਮੇਟੀ ਦੇ ਸਾਹਮਣੇ, ਜਿਸ ਦੇ ਵਿੱਚ ਸੈਨੇਟਰ ਜੌਨ ਨੀਲੀ ਕੈਨੇਡੀ ਰਿਪਬਲਿਕਨ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜੇ ਉੱਥੇ ਦੇ ਐਕਟਿੰਗ ਸੈਕਟਰੀ ਹੈਗੇ ਨੇ ਹੋਮਲੈਂਡ ਸਿਕਿਉਰਿਟੀ ਦੇ ਚੈਡ ਵੋਲਫ ਉਹਨਾਂ ਦੀ ਬਹੁਤ ਜ਼ਿਆਦਾ ਆਲੋਚਨਾ ਅਤੇ ਉਹਨਾਂ ਨੂੰ ਚੰਗਾ ਜਿਹੜਾ ਆ ਉਹ ਹੱਥੇ ਜਿਹੜਾ ਲਿਆ। ਜਦ ਉਹਨਾਂ ਨੂੰ ਚੈਡ ਵੋਲਫ ਨੂੰ ਪੁੱਛਿਆ ਗਿਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਕੰਮ ਆ ਵੀ ਅਮਰੀਕੀਆਂ ਦੀ ਜਿਹੜੀ ਜਾਨ ਆ ਉਸ ਦੀ ਰੱਖਿਆ ਜਿਹੜੀ ਉਹ ਕਰਨੀ ਆ, ਸੋ ਉਸ ਮਾਮਲੇ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਕਿੰਨੇ ਕੇਸ ਆ, ਵੋਲਫ ਨੇ ਕਿਹਾ ਵੀ 12-14 ਕੇਸ ਨੇ, ਜਦਕਿ CDC ਜਿਹੜੀ ਉਹ ਕੁਛ ਹੋਰ ਕਹਿ ਰਹੀ ਆ। ਅਤੇ ਉਹਨਾਂ ਨੇ ਪੁੱਛਿਆ ਵੀ ਜੇ ਇਹ ਫੈਲ ਜਾਂਦਾ ਤਾਂ ਕਿੰਨੇ ਰੈਸਪੀਰੇਟਰਸ ਜਿਹੜੇ ਇਸ ਟਾਈਮ ਮੌਜੂਦ ਹੈਗੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ, ਜੇ ਰੱਬ ਨਾ ਕਰੇ ਫੈਲਦੀ ਹੈ ਤਾਂ ਕਿੰਨੇ ਜਿਹੜੇ ਉਹਨਾਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਆ। ਚੈਡ ਵੋਲਫ ਦੇ ਕੋਲ ਇਸ ਦੇ ਬਾਰੇ ਵੀ ਕੋਈ ਵੀ ਜਵਾਬ ਨਹੀਂ ਸੀਗਾ। ਅਤੇ ਉਹਨਾਂ ਨੇ ਕਿਹਾ ਵੀ ਤੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਐਕਟਿੰਗ ਚੀਫ ਹੈਗਾ ਆ, ਐਕਟਿੰਗ ਸੈਕਟਰੀ ਹੈਗਾ ਆ, ਅਤੇ ਤੈਨੂੰ ਇਹੀ ਚੀਜ਼ਾਂ ਦਾ ਜਿਹੜੇ ਉਹ ਪਤਾ ਨਹੀਂ ਆ, ਅਤੇ ਤੂੰ ਅਮਰੀਕੀਆਂ ਨੂੰ ਕਿਸ ਤਰੀਕੇ ਦੇ ਨਾਲ ਫਿਰ ਜਿਹੜਾ ਸੁਰੱਖਿਅਤ ਰੱਖ ਸਕਦਾ। ਅਤੇ ਕਹਿੰਦੇ ਐਜ਼ ਅ ਹੈੱਡ ਹੋਮਲੈਂਡ ਸਿਕਿਉਰਿਟੀ ਦਾ ਤੈਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਚੈਡ ਵੋਲਫ ਦੇ ਮੂੰਹ ਤੋਂ ਜਿਹੜੇ ਰੰਗ ਤਾਂ ਜ਼ਰੂਰ ਇਹਨਾਂ ਇਸ ਜਿਹੜੀ ਚਰਚਾ ਦੇ ਵਿੱਚ ਉਹ ਉੱਡਦੇ ਨਜ਼ਰ ਆਏ ਸੀਗੇ। ਸੋ ਕਰੋਨਾ ਵਾਇਰਸ ਦੇ ਬਾਰੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਡਰ ਖੌਫ ਦਾ ਮਾਹੌਲ ਜਿਹੜਾ ਪੂਰੇ ਅਮੈਰੀਕਾ ਦੇ ਵਿੱਚ ਬਣਿਆ ਪਿਆ ਆ, ਖਾਸ ਕਰਕੇ ਹਰਜੋਤ ਸਿੰਘ ਜੀ ਉਦੋਂ ਜਦੋਂ CDC ਨੇ ਇਹ ਕੱਲ੍ਹ ਆਖਿਆ ਸੀਗਾ ਵੀ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਆ ਬਹੁਤ ਬੁਰੇ ਤਰੀਕੇ ਦੇ ਨਾਲ ਉਹ ਫੈਲ ਸਕਦਾ ਆ, ਅਤੇ ਉਹਨਾਂ ਨੇ ਇਨਐਵੀਟੇਬਲ ਵੀ ਇਸ ਨੂੰ ਇਹ ਕਿਤੇ ਨਾ ਕਿਤੇ ਜਿਹੜਾ ਇਹ ਫੈਲੇਗਾ ਹੀ ਫੈਲੇਗਾ, ਇਸ ਦਾ ਜਿਹੜੀ ਚਿੰਤਾ ਡਰ ਜਿਹੜਾ ਉਹ ਜ਼ਾਹਰ ਕੀਤਾ ਸੀ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਇਹ ਟਿੱਪਣੀ ਆਈ ਵੀ ਜਿਹੜੇ TV ਵਾਲੇ ਆ ਉਹ ਜਾਣ ਬੁੱਝ ਕੇ ਲੋਕਾਂ ਨੂੰ ਜਿਹੜਾ ਉਹ ਡਰਾ ਰਹੇ ਨੇ,
ਅਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਇਸ ਦੇ ਬਾਬਤ ਜਿਹੜੀ ਆ ਉਹ ਕਰਨੀ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਉਸ ਦੇ ਵਿੱਚ ਉਹ ਕੀ ਚਰਚਾ ਜਿਹੜੀ ਕਰਦੇ ਆ। ਵਾਈਟ ਹਾਊਸ ਨੇ ਆਲਰੇਡੀ $2.5 billion ਦੀ ਮੰਗ ਜਿਹੜੀ ਕਾਂਗਰਸ ਦੇ ਸਾਹਮਣੇ ਰੱਖੀ ਆ, ਅਤੇ ਕਾਂਗਰਸ ਦੇ ਵਿੱਚ ਜਿਹੜੇ ਡੈਮੋਕਰੇਟਸ ਆ ਉਹ ਕਹਿੰਦੇ ਵੀ ਨਹੀਂ, ਇਸ ਤੋਂ ਜ਼ਿਆਦਾ ਜਿਹੜੇ 4 ਗੁਣਾ ਵੱਧ ਜਿਹੜੇ ਡਾਲਰ ਆ ਉਹ ਜਿਹੜੇ ਉਹ ਚਾਹੀਦੇ ਨੇ ਵੀ ਇਸ ਪੂਰੀ ਕਰੋਨਾ ਵਾਇਰਸ ਦੇ ਨਾਲ ਜਿਹੜੇ ਉਹ ਨਜਿੱਠਣ ਦੇ ਲਈ। CDC ਵਾਲਿਆਂ ਨੇ ਰਾਸ਼ਟਰਪਤੀ ਟਰੰਪ ਦੀ ਹਿਮਾਇਤ ਕਰਦੇ ਹੋਏ, ਵਾਈਟ ਹਾਊਸ ਦੀ ਹਿਮਾਇਤ ਕਰਦੇ ਹੋਏ ਆਖਿਆ ਆ ਵੀ $2.5 billion ਹਾਲ ਦੀ ਘੜੀ ਜਿਹੜੇ ਆ ਇੰਨੇ ਬਥੇਰੇ ਹੈਗੇ ਨੇ ਕਰੋਨਾ ਵਾਇਰਸ ਦੇ ਨਾਲ ਜਿਹੜੇ ਉਹ ਨਜਿੱਠਣ ਦੇ ਲਈ। ਪਰ ਓਵਰਆਲ ਕਾਫੀ ਜਿਹੜਾ ਇਸ ਟਾਈਮ ਡਰ ਦਾ ਚਿੰਤਾ ਦਾ ਮਾਹੌਲ ਜਿਹੜਾ ਆ ਪੂਰੇ ਅਮੈਰੀਕਾ ਦੇ ਵਿੱਚ ਬਣਿਆ ਪਿਆ ਆ। ਇੱਕ ਚੀਜ਼ ਜਿਹੜੀ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਕਰੋਨਾ ਵਾਇਰਸ ਕੀ, ਇਸ ਦੇ ਲੱਛਣ ਕੀ, ਜੇ ਕਿਸੇ ਨੂੰ ਹੋ ਜਾਂਦਾ ਤਾਂ ਕਿੱਦਾਂ ਪ੍ਰਵੈਂਸ਼ਨ ਜਾਂ ਟ੍ਰੀਟਮੈਂਟ ਜਿਹੜੀ ਇਸ ਦੀ ਕਿੱਦਾਂ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਫੈਲਦਾ ਇਹ ਕਿੱਦਾਂ ਹੈਗਾ ਆ, ਸੋ ਲੱਛਣ ਜਿਹੜੇ ਉਹ ਕੀ ਹੁੰਦੇ ਨੇ। ਜੇ ਆਪਾਂ ਸਭ ਤੋਂ ਪਹਿਲਾਂ ਜੇ ਹਰਜੋਤ ਸਿੰਘ ਜੀ ਲੱਛਣਾਂ ਦੀ ਗੱਲ ਕਰੀਏ, ਸਿਮਟਮਸ ਦੀ ਗੱਲ ਕਰੀਏ, ਤਾਂ ਜਿਹੜਾ ਇਹ COVID-19 ਕਰੋਨਾ ਵਾਇਰਸ ਜਿਹੜਾ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਜਿਸ ਦੀ ਚਰਚਾ ਸ਼ੁਰੂ ਹੋਈ ਸੀ ਅਤੇ ਇਸ ਸਾਲ ਦੇ ਵਿੱਚ ਇਸਨੇ ਹੜਕਾਂ ਪੂਰਾ ਜਿਹੜਾ ਉਹ ਮਚਾ ਦਿੱਤਾ ਆ। ਕਹਿੰਦੇ ਵੀ ਇਹਦੇ ਸਿਮਟਮਸ ਦੇ ਵਿੱਚ ਉਹੀ ਫਲੂ ਵਰਗੇ ਹੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਇਸ ਦੇ ਹੁੰਦੇ ਆ, ਫੀਵਰ, ਬੁਖਾਰ ਹੋ ਸਕਦਾ ਆ, ਖੰਘ ਹੁੰਦੀ ਆ, ਅਤੇ ਸਾਹ ਜਿਹੜਾ ਉਹ ਕਿਤੇ ਕਿਤੇ ਸ਼ਾਰਟਨੈਸ ਆਫ ਬ੍ਰੈਥ, ਕਿਤੇ ਕਿਤੇ ਸਾਹ ਇੱਦਾਂ ਲੱਗਦਾ ਆ ਵੀ ਮਸਾਂ ਹੀ ਜਿਹੜਾ ਉਹ ਆ ਰਿਹਾ ਹੁੰਦਾ ਆ। ਸੋ ਸਿਮਟਮ ਇਹਦੇ ਬਿਲਕੁਲ ਉਹਦੇ ਵਰਗੇ ਹੀ ਜਿਹੜੇ ਉਹ ਨਜ਼ਰ ਆਉਂਦੇ ਨੇ, ਅਤੇ ਕਹਿੰਦੇ ਇਹ ਜਿਹੜੇ ਸਿਮਟਮ ਆ ਜਲਦੀ ਤੋਂ ਜਲਦੀ 2 ਦਿਨਾਂ ਦੇ ਵਿੱਚ ਅਤੇ ਕਈ ਵਾਰੀ ਲੇਟ ਤੋਂ ਲੇਟ 14 ਦਿਨਾਂ ਦੇ ਵਿੱਚ ਜਿਹੜੇ ਉਹ ਸਾਹਮਣੇ ਆ ਸਕਦੇ ਨੇ ਜੇ ਕਿਸੇ ਨੂੰ ਕਰੋਨਾ ਵਾਇਰਸ ਜਿਹੜਾ ਉਹ ਲੱਗ ਗਿਆ ਹੋਵੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹਰ ਇੱਕ ਨੂੰ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ ਵੀ ਜੇ ਕਿਸੇ ਨੂੰ ਇੱਦਾਂ ਦੇ ਸਿਮਟਮ ਨਜ਼ਰ ਆਉਂਦੇ ਨੇ ਤਾਂ ਜ਼ਰੂਰ ਆਪਣੇ ਜਿਹੜੇ ਹੈਲਥ ਕੇਅਰ ਪ੍ਰੋਵਾਈਡਰ ਆ ਉਸ ਨੂੰ ਤੁਰੰਤ ਜਿਹੜਾ ਆ ਉਹ ਸੰਪਰਕ ਕਰੋ ਤਾਂ ਜੋ ਤੁਹਾਨੂੰ ਸਹੀ ਤਰੀਕੇ ਦੇ ਨਾਲ ਟੈਸਟ ਕਰਕੇ ਫਿਰ ਉਸ ਦਾ ਜਿਹੜਾ ਵੀ ਟ੍ਰੀਟਮੈਂਟ ਬਣਦਾ ਆ ਉਹ ਕੀਤਾ ਜਾ ਸਕੇ। ਕਈ ਦੀ ਮਨ ਦੇ ਵਿੱਚ ਵਹਿਮ ਵੀ ਹਰਜੋਤ ਸਿੰਘ ਜੀ ਇਹਨਾਂ ਚੀਜ਼ਾਂ ਦੇ ਕਰਕੇ ਜਿਹੜਾ ਉਹ ਪੈ ਜਾਂਦਾ ਹੁੰਦਾ ਆ, ਪਰ ਇਹ ਵਹਿਮ ਨੂੰ ਕੱਢਣ ਦੇ ਵਿੱਚ ਕੋਈ ਵੀ ਹਰਜ ਨਹੀਂ ਹੁੰਦਾ ਜੀ। ਸੋ ਬਿਲਕੁਲ, ਜੇ ਇਹਦਾ ਦੇਖਿਆ ਜਾਵੇ ਕਹਿੰਦੇ COVID-19 ਜਿਹਨੂੰ ਕਰੋਨਾ ਵਾਇਰਸ ਜਿਸ ਦਾ ਨਾਮ ਦੱਸਿਆ ਗਿਆ ਆ, ਅਤੇ ਕਹਿੰਦੇ ਇਹਦੇ ਬਾਰੇ ਹਜੇ ਲਰਨ ਕਰਨਾ ਕਾਫੀ ਟਾਈਮ ਲੱਗਣਾ ਹੈਗਾ ਆ, ਪਰ ਸਪਰੈਡ ਦਾ ਜੇ ਦੱਸਦੀ ਜਾਈਏ ਵੀ ਕਿਸ ਤਰ੍ਹਾਂ ਹੁੰਦਾ ਹੈਗਾ, ਕਹਿੰਦੇ ਵੀ ਇੱਕ ਬੰਦੇ ਤੋਂ ਦੂਜੇ ਬੰਦੇ ਤਾਈਂ ਜੇ ਤੁਸੀਂ ਵਿਦਿਨ 6 ਫੁੱਟ ਦੇ ਡਿਸਟੈਂਸ ਦੇ ਵਿੱਚ ਵੀ ਹੈਗੇ ਆ, ਜੇ ਉਹ ਬੰਦਾ ਕਿਸ ਤਰ੍ਹਾਂ ਖੰਘਦਾ ਆ, ਛਿੱਕ ਮਾਰਦਾ ਆ, ਅਤੇ ਉਹ ਦੂਸਰੇ ਬੰਦੇ ਨੂੰ ਜਿਹੜਾ ਆ ਕਰੋਨਾ ਵਾਇਰਸ ਹੋ ਸਕਦਾ ਹੈਗਾ ਆ। ਸੋ ਇਹ ਜਿਹੜੀਆਂ ਖਬਰਾਂ ਇਹ ਆ ਰਹੀਆਂ ਹੈਗੀਆਂ। ਸੋ ਸਰਫਿਸ ਦੇ ਉੱਤੇ ਕਿਸੇ ਜਗ੍ਹਾ ਬੰਦੇ ਨੇ ਕੁਛ ਛਿੱਕ ਮਾਰੀ ਆ, ਕੋਈ ਮੂੰਹ ਉਹਦਾ ਹੱਥ ਲੱਗ ਗਿਆ, ਉੱਥੋਂ ਵੀ ਜਿਹੜਾ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਤੁਹਾਡਾ ਮਾਊਥ, ਨੋਜ਼, ਆਈਜ਼ ਕਿਸੇ ਤਰ੍ਹਾਂ ਕੰਟੈਕਟ ਹੁੰਦਾ ਅਤੇ ਜਿਹੜਾ ਕਰੋਨਾ ਵਾਇਰਸ ਆ ਉਹ ਤੁਹਾਨੂੰ ਜਾ ਸਕਦਾ ਹੈਗਾ। ਸੋ ਹੁਣ ਤੱਕ ਜਿੰਨੀਆਂ ਕੁ ਵੀ ਖਬਰਾਂ ਆਈਆਂ ਕਹਿੰਦੇ ਵੀ ਕਰੋਨਾ ਵਾਇਰਸ ਜਿਹੜਾ ਆ ਥੋੜ੍ਹੇ ਅਡਲਟ ਜਿਹੜੇ ਹੈਗੇ ਆ 50-60 ਸਾਲ ਤੋਂ ਉੱਪਰ ਦੀ ਉਮਰ ਦੇ ਆ, ਉਹ ਬਜ਼ੁਰਗ ਵਾਲੇ ਪਾਸੇ ਉਹਨਾਂ ਨੂੰ ਜ਼ਿਆਦਾ ਇਹ ਇਫੈਕਟ ਕਰ ਰਿਹਾ ਬੱਚਿਆਂ ਨਾਲੋਂ, ਕਿਉਂਕਿ ਇਮਿਊਨ ਸਿਸਟਮ ਨੂੰ ਇਹ ਹਿੱਟ ਕਰਦਾ ਹੈਗਾ ਆ, ਤੇ ਜਿਹੜੇ ਲੋਕਾਂ ਨੂੰ ਪਹਿਲਾਂ ਹੀ ਕੋਈ ਨਾ ਕੋਈ ਬਿਮਾਰੀ ਹੈਗੀ, ਫੇਫੜਿਆਂ ਦੀ ਖਾਸ ਕਰਕੇ ਡਾਇਬੀਟੀਜ਼ ਹੈਗੀ ਆ, ਕੋਈ ਸਾਹ ਦੀਆਂ ਜਸਾਹ ਦੀ ਆ, ਸੋ ਉਹਨਾਂ ਨੂੰ ਇਹ ਜ਼ਿਆਦਾ ਅਸਰ ਕਰਦਾ ਕਿਉਂਕਿ ਇਹ ਫਾਈਨਲੀ ਲੰਗਸ ਨੂੰ ਹਿੱਟ ਕਰਦਾ ਆ, ਅਤੇ ਫਿਰ ਲੰਗਸ ਤੋਂ ਬਾਅਦ ਫਿਰ ਬੰਦੇ ਦੀ ਜਿਹੜੀ ਡੈਥ ਹੁੰਦੀ ਹੈਗੀ ਆ ਜੀ। ਇਹ ਵੀ ਜਿਹੜੇ ਦੱਸਦੇ ਜਾਈਏ ਵੀ ਕਹਿੰਦੇ ਵੀ ਜਿਹੜੇ ਕਈ ਵਾਇਰਸ ਆ ਉਹ ਬਹੁਤ ਜ਼ਿਆਦਾ ਕੰਟੇਜੀਅਸ ਹੁੰਦੇ ਆ, ਵੀ ਜ਼ਿਆਦਾ ਫੈਲਣ ਵਾਲੇ ਆ, ਜਿੱਦਾਂ ਮੀਜ਼ਲਸ ਵਰਗਾ ਜਿਹੜਾ ਖਸਰਾ ਜਿਹੜਾ ਹੁੰਦਾ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਫੈਲਦਾ ਆ। ਸੋ ਕਹਿੰਦੇ ਵੀ ਇਹ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਹੈਗਾ, ਪਰਸਨ ਟੂ ਪਰਸਨ ਜਿਹੜਾ ਉੱਦਾਂ ਵੇਰੀ ਕਰਦਾ ਆ, ਪਰ ਫਿਰ ਵੀ ਇਹ ਕਾਫੀ ਹਾਈਲੀ ਕੰਟੇਜੀਅਸ ਜਿਹੜਾ ਹੁੰਦਾ ਆ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਬਹੁਤ ਧਿਆਨ ਦੇ ਵਿੱਚ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਇਸ ਦੀ ਪ੍ਰਵੈਂਸ਼ਨ ਜਾਂ ਉਹ ਜਿਹੜਾ ਕੀਤਾ ਜਾ ਸਕਦਾ। ਕਹਿੰਦੇ ਵੀ ਅਵੋਇਡ ਕਰੋ ਕਲੋਜ਼ ਕੰਟੈਕਟ ਵਿਦ ਪੀਪਲ ਜਿਹੜੇ ਸਿੱਕ ਨੇ, ਅਤੇ ਕਹਿੰਦੇ ਹਾਈਲੀ ਕੰਟੇਜੀਅਸ ਉਦੋਂ ਹੁੰਦਾ ਹੈ ਜਦੋਂ ਬੰਦਾ ਬਹੁਤ ਜ਼ਿਆਦਾ ਬਿਮਾਰ ਹੁੰਦਾ ਆ, ਉਦੋਂ ਵਾਇਰਸ ਇੱਕ ਹਿਸਾਬ ਦੇ ਨਾਲ ਉਸ ਸਰੀਰ ਦੇ ਵਿੱਚ ਬਿਲਕੁਲ ਆਪਣੀ ਮੈਜੋਰਟੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਉਹ ਬਣਾ ਚੁੱਕਾ ਹੁੰਦਾ ਆ, ਅਤੇ ਉਹ ਵੱਧ ਤੋਂ ਵੱਧ ਜਿਹੜਾ ਆਲੇ ਦੁਆਲੇ ਜਿਹੜਾ ਉਹ ਫੈਲ ਸਕਦਾ ਆ। ਖਾਸ ਕਰਕੇ ਕਹਿੰਦੇ ਵੀ ਟਰੈਵਲ ਨੂੰ ਲੈ ਕੇ ਜੇ ਕੋਈ ਪਿਛਲੇ 14 ਦਿਨਾਂ ਦੇ ਵਿੱਚ ਰਹਿ ਕੇ ਆਇਆ ਆ, ਚਾਈਨਾ ਤੋਂ ਆਇਆ ਆ ਜਾਂ ਉਹਨਾਂ ਇਲਾਕਿਆਂ ਦੇ ਵਿੱਚੋਂ ਉਹ ਆਇਆ ਹੈਗਾ ਆ ਜਿੱਥੇ ਕਰੋਨਾ ਵਾਇਰਸ ਫੈਲਿਆ ਆ, ਤਾਂ ਉਸ ਨੂੰ ਲੈ ਕੇ ਹਰ ਇੱਕ ਨੂੰ ਜਿਹੜਾ ਸੁਚੇਤ ਰਹਿਣ ਦੀ ਜ਼ਰੂਰਤ ਆ। ਕੋਈ ਇਸ ਦੇ ਵਿੱਚ ਕਹਿ ਲਓ ਵੀ ਉਹ ਕੋਈ ਐਸੀ ਗੱਲ ਨਹੀਂ ਹੈਗੀ
ਵੀ ਤੁਸੀਂ ਉਸਦੇ ਲਾਗੇ ਜਾ ਜਾ ਕੇ ਉਸਨੂੰ ਜੱਫੀਆਂ ਪਾਓ ਜਾਂ ਹੱਥ ਜਿਹੜੇ ਉਹਨਾਂ ਦੇ ਨਾਲ ਮਿਲਾਓ, ਜਿੰਨੀ ਪ੍ਰੀਵੈਂਸ਼ਨ ਕਰ ਸਕਦੇ ਹੋ ਉਨੀ ਪ੍ਰੀਵੈਂਸ਼ਨ ਜਿਹੜੀ ਉਹ ਚਾਹੀਦੀ ਆ। ਅਜਿਹੇ ਮਾਮਲਿਆਂ ਦੇ ਵਿੱਚ ਕਹਿੰਦੇ ਵੀ ਆਪਣੇ ਹੱਥਾਂ ਨੂੰ ਨੋਜ਼ ਨੂੰ ਮਾਊਥ ਨੂੰ ਟੱਚ ਕਰਨਾ ਜਿਹੜਾ ਉਹ ਅਵੋਇਡ ਕਰਨਾ ਚਾਹੀਦਾ। ਜੇ ਤੁਸੀਂ ਬਿਮਾਰ ਆ ਤਾਂ ਆਪਣੇ ਆਪ ਨੂੰ ਘਰ ਦੇ ਵਿੱਚ ਰੱਖੋ, ਇੱਕ ਹਿਸਾਬ ਦੇ ਨਾਲ ਇਕੱਲਿਆਂ ਜਿਹੜਾ ਤੁਹਾਨੂੰ ਰਹਿਣਾ ਪਵੇਗਾ ਜਾਂ ਇਕੱਲੇ ਰਹੋ ਕਿਤੇ, ਕਿਉਂਕਿ ਕੰਟੇਜੀਅਸ ਆ ਇਹ, ਅੱਗੇ ਤੋਂ ਅੱਗੇ ਜਿਹੜਾ ਉਹ ਫੈਲ ਸਕਦਾ ਵੀ ਇੱਕ ਤੋਂ ਬਾਅਦ ਹੋਰ ਲੋਕਾਂ ਦੇ ਵਿੱਚ ਉਹ ਫੈਲੂਗਾ ਅਤੇ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਆਊਗੀ। ਅਤੇ ਕਹਿੰਦੇ ਵੀ ਜੇ ਬਿਮਾਰ ਹੈਗੇ ਇਸ ਤਰੀਕੇ ਦੇ ਨਾਲ ਤਾਂ ਹਮੇਸ਼ਾ ਆਪਣੇ ਮੂੰਹ ਨੂੰ ਜਿਹੜਾ ਉਹ ਕਵਰ ਕਰਕੇ ਰੱਖੋ, ਖੰਘ ਆਉਂਦੀ ਆ ਉਸਨੂੰ ਜਿਹੜਾ ਉਹ ਢੱਕ ਕੇ ਜਿਹੜਾ ਉਹ ਖੰਘਿਆ ਜਾਵੇ, ਛਿੱਕ ਨੂੰ ਜਿਹੜਾ ਆ ਉਸਨੂੰ ਵੀ ਇਸ ਤਰੀਕੇ ਨਾਲ ਢੱਕਿਆ ਜਾਵੇ, ਆਲੇ ਦੁਆਲੇ ਜਿਹੜਾ ਉਹ ਨਾ ਫੈਲੇ, ਅਤੇ ਜਿਹੜਾ ਵੀ ਟਿਸ਼ੂ ਯੂਜ਼ ਕੀਤਾ ਜਾਂਦਾ ਉਹਨੂੰ ਨਾਲ ਦੇ ਨਾਲ ਟਰੈਸ਼ ਗਾਰਬੇਜ ਦੇ ਵਿੱਚ ਜਿਹੜਾ ਉਹ ਸੁੱਟਿਆ ਜਾਵੇ। ਵੱਧ ਤੋਂ ਵੱਧ ਵਾਰੀ ਆਪਣੇ ਆਪ ਨੂੰ ਕਲੀਨ ਜਿਹੜਾ ਉਹ ਰੱਖੋ, ਡਿਸਇਨਫੈਕਟ ਜਿਹੜਾ ਉਹ ਵਾਰ ਵਾਰ ਕਰੋ। ਜਿਸ ਇਲਾਕੇ ਦੇ ਵਿੱਚ ਤੁਸੀਂ ਬੈਠੇ ਹਾਂ ਜਾਂ ਉੱਥੇ ਰੈਸਟ ਕਰ ਰਹੇ ਹਾਂ, ਉਸਨੂੰ ਵੀ ਵੱਧ ਤੋਂ ਵੱਧ ਜਿਹੜਾ ਡਿਸਇਨਫੈਕਟ ਕਰੋ, ਖਾਸ ਕਰਕੇ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਟੱਚ ਵੀ ਜਿਹੜਾ ਉਹ ਕਰ ਰਹੇ ਹਾਂ, ਉਹਨਾਂ ਸਰਫਸਿਜ਼ ਨੂੰ ਵੀ ਰੈਗੂਲਰਲੀ ਕਲੀਨ ਜਿਹੜਾ ਉਹ ਕਰਦੇ ਰਹੋ। ਕਈ ਵਾਰੀ ਸਪਰੇਅ ਦੇ ਨਾਲ ਹੁੰਦਾ, ਕਈਆਂ ਕੋਲ ਡਿਸਇਨਫੈਕਟਿੰਗ ਵਾਈਪਸ ਜਿਹੜੇ ਆ ਉਹ ਹੁੰਦੇ ਆ। ਅਤੇ ਜੇ ਕਿਸੇ ਨੂੰ ਕਰੋਨਾ ਵਾਇਰਸ ਇੱਦਾਂ ਹੁੰਦਾ ਆ, ਉਹ ਜਿਹੜਾ ਫੇਸ ਮਾਸਕ ਯੂਜ਼ ਕਰ ਸਕਦਾ, ਪਰ CDC ਕਹਿੰਦੇ ਆ ਅਜੇ ਰਿਕਮੈਂਡ ਜਿਹੜੀ ਉਹ ਨਹੀਂ ਕਰਦੀ ਵੀ ਫੇਸ ਮਾਸਕ ਜਿਹੜਾ ਉਹ ਵੀਅਰ ਕੀਤਾ ਜਾਵੇ। ਜਿਹੜਾ ਆ ਉਹ ਕਹਿੰਦੇ ਵੀ CDC ਡਜ਼ ਨੋਟ ਰਿਕਮੈਂਡ ਦੈਟ ਪੀਪਲ ਹੂ ਆਰ ਵੈਲ, ਜਿਹੜੇ ਠੀਕ ਨੇ ਉਹਨਾਂ ਨੂੰ ਫੇਸ ਮਾਸਕ ਪਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਬਿਲਕੁਲ ਰੈਸਪੀਰੇਟਰੀ ਡਿਜ਼ੀਜ਼, ਬਿਲਕੁਲ ਅੱਜ ਕੱਲ੍ਹ ਵੀ ਆਪਾਂ ਦੇਖਦੇ ਹਾਂ ਕਈ ਵਾਰ ਸਟੋਰਾਂ 'ਚ ਜਾਂਦੇ ਹਾਂ, ਕਈ ਲੋਕਾਂ ਨੇ ਉਈ ਉਹ ਫੇਸ ਮਾਸਕ ਪਾਏ ਹੈਗੇ ਆ। ਸੋ ਉਹਦੇ ਸੰਬੰਧ ਦੇ ਵਿੱਚ CDC ਇੱਕ ਵਾਰੀ ਫਿਰ ਕਲੀਅਰ ਕਰ ਦਈਏ, CDC ਆਪਣੇ ਸਰੋਤੇ ਜਿਹੜੇ ਲੇਟਲੀ ਜੁੜੇ ਹੋਣੇ ਆ, ਸੈਂਟਰ ਫੋਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ, ਇਹ ਅਮੈਰੀਕਾ ਦੀ ਜਿਹੜੀ ਵੱਡੀ ਏਜੰਸੀ ਆ ਜਿਹੜੀ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਫੈਲਦੀ ਆ ਜਾਂ ਬਿਮਾਰੀ ਨਾਲ ਰਿਲੇਟਡ ਕੋਈ ਵੀ ਮੈਟਰਸ ਹੈਗਾ ਉਹਨੂੰ ਜਿਹੜੀ ਇਹ ਹੈਂਡਲ ਕਰਦੀ ਹੈਗੀ ਆ। ਸੋ ਉਹਨਾਂ ਦੇ ਮੁਤਾਬਕ ਜੇ ਤੁਸੀਂ ਬਿਮਾਰ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਤਾਂ ਤੁਸੀਂ ਮਾਸਕ ਐਵੇਂ ਨਾ ਪਾਉਂਦੇ ਫਿਰੋ, ਉਹਦਾ ਫਾਇਦਾ ਨਹੀਂ ਹੈ ਕੋਈ ਵੀ। ਜਦੋਂ ਤੁਸੀਂ ਹੱਥ ਧੋਣੇ ਆ ਕਹਿੰਦੇ ਘੱਟੋ ਘੱਟ 20 ਸੈਕਿੰਡ ਤੁਹਾਡਾ ਜਿਹੜਾ ਸੋਪ ਅਤੇ ਉਹ ਤੋਂ ਬਾਅਦ ਵਾਟਰ ਜਿਹੜਾ ਯੂਜ਼ ਕਰਨਾ ਚਾਹੀਦਾ ਹੈਗਾ ਆ, ਜਿੱਥੇ ਕਿਤੇ ਨਾ ਅਵੇਲੇਬਲ ਹੋਵੇ। ਅਲਕੋਹਲ ਵੇਸਟ ਹੈਂਡ ਸੈਨੇਟਾਈਜ਼ਰ ਜਿਹੜੇ ਹੁੰਦੇ ਹੈਗੇ ਆ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ ਆ। ਸੋ ਇਹ ਜਿਹੜੇ ਆ ਪ੍ਰੀਵੈਂਸ਼ਨਸ ਕਾਫੀ ਜਿਹੜੀਆਂ ਉਹਨਾਂ ਨੇ ਦੱਸੀਆਂ ਹੈਗੀਆਂ। ਸੋ ਸਾਨੂੰ ਸਾਰਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ, ਜਿਹੜੇ ਬਾਹਰ ਰੈਸਟੋਰੈਂਟਾਂ 'ਚ ਵੀ ਖਾਣ ਪੀਣ ਜਾਂਦੇ ਆ ਉਹ ਵੀ ਧਿਆਨ ਦੇ ਨਾਲ ਜਦੋਂ ਖਾਂਦੇ ਆ ਸ਼ੁਰੂ ਹੋਣ ਤੋਂ ਪਹਿਲਾਂ ਹੱਥ ਜਿਹੜੇ ਆ ਧੋ, ਬਾਅਦ ਦੇ ਵਿੱਚ ਵੀ। ਸੋ ਬਹੁਤ ਹੀ ਧਿਆਨ ਰੱਖਣ ਯੋਗ ਗੱਲ ਆ, ਅਤੇ ਕਿਉਂਕਿ ਬਿਮਾਰੀ ਇਹ ਛੇਤੀ ਫੈਲਦੀ ਹੈਗੀ ਆ। ਜੀ ਜੀ, ਸੋ ਇਹ ਧਿਆਨ ਜਿਹੜਾ ਜ਼ਰੂਰ ਰੱਖੋ ਇਹਨਾਂ ਲੱਛਣਾਂ ਦਾ, ਜੇ ਤੁਹਾਨੂੰ ਪਤਾ ਲੱਗ ਰਿਹਾ ਵੀ ਇੱਦਾਂ ਦੇ ਹੈਗੇ ਆ ਜਿਹੜੇ ਕਿ ਆਮ ਫਲੂ ਵਰਗੇ ਵੀ ਆ, ਤਾਂ ਜ਼ਰੂਰ ਆਪਣੇ ਜਿਹੜਾ ਹੈਲਥ ਕੇਅਰ ਪ੍ਰੋਵਾਈਡਰ ਹੈਗਾ ਆ ਉਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਜਿਹੜੀ ਜ਼ਰੂਰ ਗੱਲ ਕਰੋ, ਕਿਉਂਕਿ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਆ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਜਿੱਦਾਂ ਆ ਉਹ ਆਖਿਆ ਜਾਂਦਾ ਆ। ਬਾਕੀ ਆਪਣੇ ਆਪ ਨੂੰ ਕਲੀਨ ਡਿਸਇਨਫੈਕਟ ਜਿਹੜੇ ਉਹ ਵਾਰ ਵਾਰ ਜਿਹੜਾ ਉਹ ਕਰਦੇ ਰਹੋ। ਬਜ਼ੁਰਗਾਂ ਦੇ ਉੱਤੇ ਇਸ ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਖਤਰਾ ਆ ਉਹ ਦੱਸਿਆ ਜਾ ਰਿਹਾ ਹੈਗਾ ਆ। ਬੱਚਿਆਂ ਜਿਨ੍ਹਾਂ ਦੇ ਇਮਿਊਨ ਸਿਸਟਮ ਸਟਰੋਂਗ ਹੈਗੇ ਨੇ ਉਹ ਠੀਕ ਨੇ, ਉਹ ਬਚਾਅ ਉਹਨਾਂ ਦਾ ਹੋ ਸਕਦਾ, ਪਰ ਪ੍ਰੀਵੈਂਸ਼ਨ ਬਚਾਅ ਦੇ ਵਿੱਚ ਜਿਹੜਾ ਉਹ ਜ਼ਰੂਰ ਧਿਆਨ ਤੁਹਾਨੂੰ ਰੱਖਣਾ ਚਾਹੀਦਾ ਆ। ਜਿਨ੍ਹਾਂ ਨੂੰ ਖਾਸ ਕਰਕੇ ਡਾਇਬਟੀਜ਼ ਜਾਂ ਕੋਈ ਹੋਰ ਸਾਹ ਦੇ ਨਾਲ ਸੰਬੰਧਿਤ, ਲੰਗ ਦੇ ਨਾਲ ਸੰਬੰਧਿਤ ਕੋਈ ਬਿਮਾਰੀਆਂ ਰਹੀਆਂ ਆ, ਉਹਨਾਂ ਉੱਤੇ ਵੀ ਜਿਹੜਾ ਇਸ ਦਾ ਪ੍ਰਕੋਪ ਆ ਉਹ ਵੱਧ ਆ ਸਕਦਾ ਆ। ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਬੱਚੇ ਜਿਹੜੇ ਸਕੂਲਾਂ ਦੇ ਵਿੱਚ ਜਾਂਦੇ ਨੇ, ਕਈ ਵਾਰੀ ਜਿਹੜੇ ਆ ਤੁਸੀਂ ਡੇ ਕੇਅਰ ਦੇ ਵਿੱਚ ਛੱਡ ਕੇ ਆਉਂਦੇ ਆ, ਮੇਕ ਸ਼ੋਰ ਕਰੋ ਉਹਨਾਂ ਥਾਵਾਂ ਦੇ ਉੱਤੇ ਜਿਨ੍ਹਾਂ ਨੂੰ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਆ ਵੀ ਉਹ ਇਸ ਸਾਫ਼ ਸਫਾਈ ਦਾ, ਉਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਆ ਪੂਰੀ ਤਰ੍ਹਾਂ ਰੱਖ ਰਹੇ ਨੇ ਕਿ ਨਹੀਂ ਰੱਖ ਰਹੇ, ਕਿਉਂਕਿ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਢਿੱਲ ਆ ਉਹ ਲਾਪਰਵਾਹੀ ਆ ਉਹ ਘਾਤਕ ਜਿਹੜੀ ਉਹ ਸਾਬਤ ਹੋ ਸਕਦੀ, ਇਕੱਲੇ ਆਪਣੇ ਲਈ ਨਹੀਂ ਆਪਣੇ ਇਰਦ ਗਿਰਦ ਰਹਿੰਦੇ ਜਿਹੜੇ ਹੋਰ ਜਿਹੜੇ ਨਜ਼ਦੀਕੀ ਲੋਕ ਹੁੰਦੇ ਆ ਉਹਨਾਂ ਉੱਤੇ ਫੈਲ ਸਕਦੀ ਆ, ਅਤੇ ਇਹ ਬਹੁਤ ਹੀ ਤੇਜ਼ੀ ਦੇ ਨਾਲ ਫੈਲੂਗਾ ਜੇ ਇਸ ਤਰੀਕੇ ਦੇ ਨਾਲ ਹੋਇਆ। ਮਿਸ਼ੀਗਨ ਦੇ ਵਿੱਚ ਵੀ ਆਪਾਂ ਕੱਲ੍ਹ ਦੱਸਿਆ ਸੀਗਾ ਵੀ 300 ਤੋਂ ਵੱਧ ਲੋਕਾਂ ਦੇ ਉੱਤੇ ਜਿਹੜੀ ਉਹਨਾਂ ਨੇ ਨਜ਼ਰ ਜਿਹੜੀ ਉਹ ਰੱਖੀ ਹੋਈ ਆ, ਮੋਨੀਟਰ ਕੀਤਾ ਜਾ ਰਿਹਾ। ਫਰੈਜ਼ਨੋ ਵਿੱਚ ਵੀ ਜਿਹੜੇ ਕੁਛ ਲੋਕ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮੋਨੀਟਰ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਵੀ ਬਿਲਕੁਲ, ਸੋ ਇਹ ਕਿਉਂਕਿ ਹਰਜੋਤ ਸਿੰਘ ਜੀ ਫਰਵਰੀ ਦੇ ਜਿਹੜੀ ਆ ਉਹ ਸ਼ੁਰੂਆਤ ਦੇ ਵਿੱਚ ਇਸ ਦਾ ਜਿਹੜਾ ਪਤਾ ਲੱਗਣਾ ਸ਼ੁਰੂ ਕੀਤਾ ਸੀ, ਟਰੈਵਲ ਬੈਨ ਇੱਕ ਹਿਸਾਬ ਦੇ ਨਾਲ ਜਿਹੜੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਅਮਰੀਕੀ ਸਿਟੀਜ਼ਨ ਨਹੀਂ ਆ, ਜਿਹੜੇ ਪਿਛਲੇ 14 ਦਿਨਾਂ ਦੇ ਵਿੱਚ ਚਾਈਨਾ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਉਹ ਆ ਕੇ ਆਏ ਨੇ,
ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਇਨਕਾਰ ਜਿਹੜਾ ਮਨਾ ਜਿਹੜਾ ਕੀਤਾ ਗਿਆ ਸੀ, ਬੈਨ ਜਿਹੜਾ ਉਹਨਾਂ 'ਤੇ ਲਾਇਆ ਸੀਗਾ। ਸੋ ਹੋ ਸਕਦਾ ਉਸ ਤੋਂ ਪਹਿਲਾਂ ਕਈ ਲੋਕ ਜਿਹੜੇ ਆ ਉਹਨਾਂ ਇਲਾਕਿਆਂ ਦੇ ਵਿੱਚੋਂ ਆ ਵੀ ਗਏ ਹੋਣ ਇੱਥੇ। ਸੋ ਇਹ ਬਹੁਤ ਜ਼ਰੂਰੀ ਆ ਵੀ ਇਸ ਚੀਜ਼ ਦਾ ਜਿਹੜਾ ਬਹੁਤ ਵਧੇਰੇ ਜਿਹੜਾ ਉਹ ਧਿਆਨ ਰੱਖਿਆ ਜਾਵੇ, ਕਿਉਂਕਿ ਹਾਲ ਦੀ ਘੜੀ ਅਜੇ ਤੱਕ ਇਸ ਦੀ ਕੋਈ ਵੈਕਸੀਨ ਜਿਹੜੀ ਆ ਉਹ ਨਹੀਂ ਬਣੀ। ਸੋ ਬਿਲਕੁਲ ਅਮਰੀਕਾ ਵਾਲੇ ਟਰਾਈ ਕਰ ਰਿਹਾ, ਕਹਿੰਦੇ ਅਪ੍ਰੈਲ ਦੇ ਐਂਡ ਤੱਕ ਸ਼ਾਇਦ ਇਹ ਹਿਊਮਨਸ ਦੇ ਉੱਤੇ ਕੁਛ ਕੰਪਨੀਆਂ ਨੇ ਬਣਾਈ ਹੈਗੀ ਆ, ਅਪ੍ਰੈਲ ਦੇ ਐਂਡ ਤੱਕ ਇਹ ਕਹਿੰਦੇ ਵੈਕਸੀਨੇਸ਼ਨ ਜਿਹੜੀ ਆ ਉਹ ਟੈਸਟ ਹੋ ਸਕਦੀ ਆ। ਸੋ ਕਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰੀ ਫਿਰ ਦੱਸਦੇ ਜਾਈਏ, ਕਹਿੰਦੇ ਵੀ ਜੇ ਲੱਗਦਾ ਕੋਈ ਬੰਦੇ ਨੂੰ ਬਿਮਾਰ ਆ, ਬੁਖਾਰ ਚੜ੍ਹ ਰਿਹਾ ਆ, ਕਫ ਹੈਗਾ ਕਿਸੇ ਤਰ੍ਹਾਂ ਵੀ, ਅਤੇ ਉਹਨਾਂ ਨੂੰ ਘਰ ਰਹਿਣਾ ਚਾਹੀਦਾ ਹੈਗਾ। ਆਪਣੇ ਹੋਰ ਜਿਹੜੇ ਘਰ ਦੇ ਮੈਂਬਰਸ ਆ ਅਤੇ ਜਿਹੜੇ ਐਨੀਮਲਸ ਹੈਗੇ ਆ, ਕੋਈ ਕੁੱਤਾ ਵਗੈਰਾ ਬਿੱਲੀ ਰੱਖੇ ਆ, ਉਹਨਾਂ ਤੋਂ ਪਰੇ ਰਹਿਣਾ ਚਾਹੀਦਾ ਹੈਗਾ। ਫੇਸ ਮਾਸਕ ਪਾਉਣਾ ਚਾਹੀਦਾ ਹੈਗਾ। ਜਦੋਂ ਤੁਸੀਂ ਡਾਕਟਰ ਦੇ ਜਾਣਾ ਪਹਿਲਾਂ ਕਾਲ ਕਰਕੇ ਜਾਓ, ਇੱਕਦਮ ਨਾ ਜਾਓ ਕਿਉਂਕਿ ਉੱਥੇ ਡਾਕਟਰ ਦੇ ਆਫਿਸ 'ਚ ਹੋਰ ਵੀ ਬੰਦੇ ਹੁੰਦੇ ਆ। ਕਵਰ ਯੂਅਰ ਕਫਸ ਐਂਡ ਸਨੀਜ਼ਸ, ਜਦੋਂ ਖੰਘਦੇ ਆ ਛਿੱਕ ਮਾਰਦੇ ਆ ਉਹਨਾਂ ਨੂੰ ਕਵਰ ਕਰਕੇ ਰੱਖੋ। ਹੱਥ ਹਮੇਸ਼ਾ ਕਲੀਨ ਰੱਖੋ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ, 20 ਸੈਕਿੰਡ ਪਾਣੀ ਦੇ ਵਿੱਚ ਧੋ, ਜਾਂ 60-95% ਜਿਹੜੇ ਅਲਕੋਹਲ ਜਿਹੜੇ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ ਆ ਸਲਿਊਸ਼ਨਸ, ਉਹਨਾਂ ਨੂੰ ਯੂਜ਼ ਕਰੋ। ਪਰਸਨਲ ਹਾਊਸਹੋਲਡ ਆਈਟਮਸ ਜਿਹੜੀਆਂ ਆ, ਕੋਈ ਪੀਣ ਵਾਲਾ ਪਾਣੀ ਦਾ ਗਲਾਸ ਆ, ਕੱਪ ਆ, ਈਟਿੰਗ ਯੂਟੈਂਸਲਸ, ਟਾਵਲ, ਬੈਡਿੰਗ, ਇਹ ਯੂਜ਼ ਨਾ ਕਰੋ। ਆਪਣੇ ਹੋਰ ਜਿਹੜੇ ਘਰ ਦੇ ਮੈਂਬਰਸ ਉਹਨਾਂ ਦੇ ਨਾਲ ਸਾਂਝੇ ਨਾ ਕਰੋ। ਅਤੇ ਜਿਹੜਾ ਹਾਈ ਸਰਵਿਸ ਆ ਉਹਨੂੰ ਹਮੇਸ਼ਾ ਕਲੀਨ ਕਰੋ। ਤੁਹਾਡੀਆਂ ਸਿਮਟਮਸ ਜਿਹੜੀਆਂ ਉਹਨਾਂ ਨੂੰ ਮੋਨੀਟਰ ਕਰੋ। ਅਤੇ ਇਹ ਬਹੁਤ ਜਿਹੜੀਆਂ ਗੱਲਾਂ ਆ ਇਹ ਜ਼ਰੂਰੀ ਦੱਸੀਆਂ। ਕਹਿੰਦੇ ਵੀ ਜੇ ਕੋਈ ਤੁਹਾਡੇ 6 ਫੁੱਟ ਡਿਸਟੈਂਸ ਦੇ ਵਿੱਚ ਵਿੱਚ ਆਉਂਦਾ ਆ ਕਾਫੀ ਲੰਮਾ ਸਮਾਂ, ਜਿੱਦਾਂ ਜੇ ਹੁਣ ਘਰ ਦੇ ਮੈਂਬਰ ਰਹਿੰਦੇ ਆ, ਤਾਂ ਉਹਨਾਂ ਨੂੰ ਫਿਰ ਇਹ ਇਨਫੈਕਸ਼ਨ ਹੋ ਸਕਦੀ ਹੈਗੀ ਜੀ। ਇਸੇ ਦੇ ਬਾਬਤ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਆਖ ਰਹੇ ਹਾਂ, ਅੱਜ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਐਜ਼ਾਰ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈ, ਕਹਿੰਦੇ ਵੀ ਅਮਰੀਕਾ ਨੂੰ ਘੱਟੋ ਘੱਟ 300 ਮਿਲੀਅਨ ਫੇਸ ਮਾਸਕ ਜਿਹੜੇ ਹੈਲਥ ਕੇਅਰ ਦੇ ਵਿੱਚ ਵਰਕਰ ਨੇ, ਨਰਸਾਂ ਨੇ ਜਾਂ ਹਸਪਤਾਲਾਂ 'ਚ ਕੰਮ ਕਰਨ ਵਾਲੇ ਆ ਉਹਨਾਂ ਦੇ ਲਈ ਜ਼ਰੂਰਤ ਆ। HHS ਦੇ ਸੈਕਟਰੀ ਨੇ ਦੱਸਿਆ ਵੀ ਅਮਰੀਕਾ ਦੇ ਕੋਲ ਮਹਿਜ 30 ਮਿਲੀਅਨ ਇਸ ਟਾਈਮ ਫੇਸ ਮਾਸਕ ਹੈਗੇ ਨੇ ਅਤੇ 270 ਮਿਲੀਅਨ ਹੋਰ ਫੇਸ ਮਾਸਕ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਇਸੇ ਦੇ ਚੱਲਦਿਆਂ ਹੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ $2.5 billion ਦੀ ਜਿਹੜੀ ਐਮਰਜੈਂਸੀ ਇੱਕ ਹਿਸਾਬ ਦੇ ਨਾਲ ਫੰਡਿੰਗ ਕਰੋਨਾ ਵਾਇਰਸ ਦੇ ਬਚਾਅ ਲਈ, ਪ੍ਰੀਵੈਂਸ਼ਨ ਦੇ ਲਈ ਜਿਹੜੀ ਉਹ ਮੰਗੀ ਹੈਗੀ ਆ। ਸੋ N95 ਮਾਸਕ ਹੁੰਦਾ ਹੈ ਹਰਜੋਤ ਸਿੰਘ ਜੀ, ਜਿਹੜਾ ਕਿ ਮੋਸਟਲੀ ਯੂਜ਼ ਕੀਤਾ ਜਾਂਦਾ। ਕਈ ਵਾਰੀ ਆਪਾਂ ਉੱਦਾਂ ਹੀ ਦੂਜੇ ਸਰਜੀਕਲ ਮਾਸਕ ਅਤੇ ਉਹ ਜਿਹੜੇ ਚੀਜ਼ ਪਾ ਲੈਂਦੇ ਹਾਂ ਉਹਦੇ ਨਾਲ ਕੋਈ ਕਹਿੰਦੇ ਕੋਈ ਫਾਇਦਾ ਜਿਹੜਾ ਉਹ ਨਹੀਂ ਹੁੰਦਾ, ਕਿਉਂਕਿ ਉਸ ਦੇ ਉੱਤੇ ਵੀ ਜੇ ਉਹ ਲੱਗ ਜਾਂਦਾ ਤਾਂ ਉਸ ਦੇ ਥਰੂ ਜਿਹੜਾ ਤੁਹਾਨੂੰ ਵਾਇਰਸ ਆ ਉਹ ਹੋ ਸਕਦਾ। ਸੋ ਇਹ ਸਪੈਸ਼ਲ ਜਿਹੜਾ ਰੈਸਪੀਰੇਟਰੀ ਮਾਸਕ ਜਿਹੜਾ N95 ਮਾਸਕ ਆ, ਉਹੀ ਜਿਹੜੀਆਂ ਅਜਿਹੀਆਂ ਚੀਜ਼ਾਂ ਦੇ ਟਾਈਮ ਜਿਹੜਾ ਉਹ ਹੁੰਦਾ ਆ। ਇਸ ਟਾਈਮ ਕਹਿੰਦੇ ਵੀ ਤਕਰੀਬਨ ਇਸ ਮਾਸਕ ਦੀ ਕੀਮਤ $12-13 ਪਰ ਮਾਸਕ ਜਿਹੜਾ ਉਹ ਵਿਕ ਰਿਹਾ ਹੈਗਾ ਆ। ਸੋ ਬਜਟ ਇਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਜਾਵੇਗਾ। ਸੋ ਚਾਈਨਾ ਦੇ ਵਿੱਚ ਕਹਿੰਦੇ 3000 ਤੋਂ ਵੱਧ ਮੈਡੀਕਲ ਵਰਕਰ ਜਿਹੜੇ ਇਹ ਕੰਮ ਕਰ ਰਹੇ ਆ ਕਰੋਨਾ ਵਾਇਰਸ ਵਾਲਿਆਂ ਨੂੰ, ਜਿਹੜਾ ਉਹ ਬਿਮਾਰਾਂ ਨੂੰ ਇਲਾਜ ਦੇ ਰਹੇ ਸੀ, ਉਹਨਾਂ ਨੂੰ ਵੀ ਜਿਹੜਾ ਕਰੋਨਾ ਵਾਇਰਸ ਆ ਉਸ ਨੇ ਹਿੱਟ ਜਿਹੜਾ ਉਹ ਕੀਤਾ ਹੈਗਾ ਆ। ਨਾਲ ਹੀ ਜਿੱਦਾਂ ਆਪਾਂ ਕਿਹਾ ਵੀ ਜਿਹੜਾ N95 ਰੈਸਪੀਰੇਟਰਸ ਆ ਉਹ ਕਹਿੰਦੇ ਵੀ ਕੋਈ ਬੈਸਟ ਵੇ ਨਹੀਂ ਹੈਗਾ ਐਵਰੀਡੇ ਪੀਪਲ ਜਿਹੜਾ ਆ ਪ੍ਰੀਵੈਂਟ ਕਰਨ ਦੇ ਲਈ ਇਨਫੈਕਸ਼ਨ ਦੇ ਲਈ। ਸੋ ਫਿਰ ਵੀ ਇਸ ਨੂੰ ਜਿਹੜਾ ਇਸ ਟਾਈਮ ਬੈਸਟ ਬੈਟ ਦੇ ਵਜੋਂ ਜਿਹੜਾ ਉਹ ਮੰਨਿਆ ਜਾ ਰਿਹਾ ਆ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਜੇ ਘੱਟੋ ਘੱਟ ਹੈਲਥ ਵਰਕਰਸ ਨੂੰ ਚਾਹੀਦਾ ਆ, ਜੇ ਜ਼ਰੂਰਤ ਪਵੇ ਤਾਂ ਇਹ ਜਿਹੜਾ ਉਹਨਾਂ ਨੂੰ ਵਰਤਣਾ ਪੈ ਸਕਦਾ ਹੈ। ਸੋ ਜਿਹੜੀ ਸਭ ਤੋਂ ਹੈਰਾਨੀ ਵਾਲੀ ਗੱਲ ਆ ਰਾਜਕਰਨਵੀਰ ਸਿੰਘ ਜੀ, ਜਿਹੜੀ CDC ਨੇ ਇਹ ਕਿਹਾ ਆ ਵੀ ਜੇ ਬਿਮਾਰੀ ਜ਼ਿਆਦਾ ਫੈਲਦੀ ਆ ਤਾਂ ਸਾਡੇ ਕੋਲ ਟੈਸਟ ਕਰਨ ਦੀਆਂ ਇੰਨੀਆਂ ਕਿੱਟਾਂ ਹੀ ਨਹੀਂ ਹੈਗੀਆਂ। ਸੋ ਉਹ ਬੜੀ ਮਾੜੀ ਗੱਲ ਹੈਗੀ ਆ। ਸੋ ਕਹਿੰਦੇ ਜੇ ਹੁਣ ਵੀ ਜੇ ਕਿਸੇ ਨੂੰ ਟੈਸਟ ਕਰਨਾ ਹੈਗਾ, ਜਿਹੜੀਆਂ ਸਟੇਟ ਅਤੇ ਲੋਕਲ ਹੈਲਥ ਡਿਪਾਰਟਮੈਂਟਸ ਆ ਉਹ ਟੈਸਟ ਨਹੀਂ ਕਰ ਸਕਦੀਆਂ। ਜੇ ਉਹਨਾਂ ਨੂੰ ਲੱਗਦਾ ਵੀ ਇਹ ਪਰਸਨ ਅੰਡਰ ਇਨਵੈਸਟੀਗੇਸ਼ਨ, ਵੀ ਇਹ ਕੋਈ ਸ਼ੱਕ ਆ ਇਸ ਬੰਦੇ 'ਤੇ, ਫਿਰ ਉਹ ਰੈਫਰ ਕਰੂਗੇ CDC ਦਾ ਜਿਹੜਾ ਐਮਰਜੈਂਸੀ ਓਪਰੇਸ਼ਨ ਸੈਂਟਰ ਆ, ਅਤੇ ਉਹ ਉਸ ਨੂੰ ਫਿਰ ਟੈਸਟ ਕਰਨਗੇ। ਸੋ ਇਹ ਹਜੇ ਜਿਹੜਾ ਆ ਕਾਫੀ ਜਿਹੜਾ ਭੰਬਲ ਭੁੱਸਾ ਪਿਆ ਆ। ਅਤੇ ਇੱਕ ਹੋਰ ਗੱਲ ਜ਼ਰੂਰ ਆ ਰਾਜਕਰਨਵੀਰ ਸਿੰਘ ਜੀ, ਆਉਣ ਵਾਲੇ ਦਿਨਾਂ 'ਚ ਵੀ ਆਪਾਂ ਸਾਂਝੀ ਕਰਾਂਗੇ ਕਿ ਆਪਣੇ ਜਿਹੜੇ ਗੁਰੂ ਘਰ ਆ ਜਾਂ ਹੋਰ ਮੰਦਰ ਆ ਜਾਂ ਜਿਹੜੀਆਂ ਮਸਜਿਦਾਂ ਜਾਂ ਧਾਰਮਿਕ ਜਗ੍ਹਾ ਹੈਗੀਆਂ ਉਹ ਇਸ ਕੰਮ ਦੇ ਲਈ ਪ੍ਰਪੇਅਰ ਹੈਗੀਆਂ। ਸੋ ਤੁਹਾਡੇ ਕੋਲ ਮਾਸਕ ਹੈਗੇ ਆ, ਤੁਹਾਡੇ ਕੋਲ ਜਿਹੜੀਆਂ ਤੁਹਾਡੇ, ਕਿਉਂਕਿ ਲੰਗਰ ਆਪਾਂ ਗੁਰੂ ਘਰਾਂ 'ਚ ਛਕਦੇ ਹਾਂ ਅਤੇ ਉੱਥੇ ਕਿੰਨਾ ਕੁ ਕਲੀਨ ਹੈਗਾ ਆ,
ਡਿਸਇਨਫੈਕਸ਼ਨ ਜਿਹੜੇ ਹੈਗੇ ਆ ਉਹ ਆਪਾਂ ਯੂਜ਼ ਕਰਦੇ ਹਾਂ ਜਾਂ ਨਹੀਂ ਕਰਦੇ ਹੈਗੇ? ਉਹ ਤਾਂ ਚਲੋ ਇੱਕ ਡਿਫਰੈਂਟ ਜਿਹੜਾ ਵਿਸ਼ਾ ਆ ਵੀ ਕੀ ਕੋਈ ਅਜਿਹੀ ਪੀੜਤ ਬਿਮਾਰੀ ਵਾਲਾ, ਕਿਉਂਕਿ ਸੇਵਾ ਤੋਂ ਤਾਂ ਤੁਸੀਂ ਕਿਸੇ ਨੂੰ ਜਿਹੜਾ ਉਹ ਨਹੀਂ ਰੋਕ ਸਕਦੇ, ਮੁਸ਼ਕਿਲ ਹੁੰਦਾ ਜੇ ਕੋਈ ਸੇਵਾ ਕਰਨਾ ਚਾਹੁੰਦਾ ਆ ਕੋਈ, ਜੇ ਕਿਸੇ ਨੂੰ ਇੱਦਾਂ ਦੀ ਬਿਮਾਰੀ ਹੈਗੀ ਆ ਕਿ ਉਸਨੂੰ ਉੱਥੇ ਜਾਣਾ ਚਾਹੀਦਾ ਆ ਜਾਂ ਨਹੀਂ ਜਾਣਾ ਚਾਹੀਦਾ, ਜੇ ਕੋਈ ਆਉਂਦਾ ਆ ਤਾਂ ਉਸਦੇ ਲਈ ਪ੍ਰੀਵੈਂਸ਼ਨ ਕੀ ਹੈਗੀ, ਕਿਉਂਕਿ ਅਜਿਹੀਆਂ ਜਿਹੜੀਆਂ ਥਾਵਾਂ ਦੇ ਉੱਤੇ ਫਿਰ ਇੱਦਾਂ ਹੈ ਨਾ ਈਜ਼ੀਲੀ ਇੱਕ ਤੋਂ ਵੱਧ ਜਿਹੜੇ ਕਈ ਲੋਕਾਂ ਦੇ ਵਿੱਚ ਫੈਲ ਸਕਦਾ। ਸੇਮ ਜਿਹੜੀ ਸਿਚੁਏਸ਼ਨ ਸਾਊਥ ਕੋਰੀਆ ਦੇ ਵਿੱਚ ਦੇਖੀ ਗਈ, ਉੱਥੇ ਦਾ ਇੱਕ ਜਿਹੜਾ ਕਲਟ ਚਰਚ ਸੀਗਾ, ਕਹਿੰਦੇ ਦੱਸਿਆ ਜਾ ਰਿਹਾ ਵੀ ਉੱਥੇ ਕਿਸੇ ਨੂੰ ਹੋਇਆ ਅਤੇ ਉੱਥੋਂ ਫਿਰ ਗਾਂ ਹਜ਼ਾਰਾਂ ਹੀ ਲੋਕਾਂ ਦੇ ਵਿੱਚ ਫਿਰ ਜਿਹੜਾ ਉਹ ਕਰੋਨਾ ਵਾਇਰਸ ਜਿਹੜਾ ਉਹ ਫੈਲ ਗਿਆ। ਸੋ ਇਹ ਬਹੁਤ ਜ਼ਰੂਰੀ ਆ ਵੀ ਆਪਣੇ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਹੈਗੇ ਨੇ, ਮੰਦਰਾਂ ਦੇ ਪ੍ਰਬੰਧਕ ਨੇ, ਮਸਜਿਦਾਂ ਦੇ ਪ੍ਰਬੰਧਕ ਨੇ, ਚਰਚਾਂ ਵਾਲੇ ਜਿਹੜੇ ਪ੍ਰਬੰਧਕ ਨੇ, ਇਹਨਾਂ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਗੌਰ ਕਰਨ ਦੀ ਜਿਹੜੀ ਜ਼ਰੂਰਤ ਆ ਵੀ ਤੁਸੀਂ ਇਸ ਨੂੰ ਨਜਿੱਠਣ ਦੇ ਲਈ ਤੁਸੀਂ ਕਿਸ ਤਰੀਕੇ ਦੇ ਨਾਲ ਸੰਜੀਦਾ ਹੈਗੇ ਆ, ਕੀ ਤੁਹਾਡੇ ਕੋਲ ਆ। ਬਹੁਤ ਸਾਰੇ ਜਿਹੜੇ ਇਹਨਾਂ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਧਾਰਮਿਕ ਥਾਵਾਂ ਦੇ ਉੱਤੇ ਡਾਕਟਰ ਵਗੈਰਾ ਵੀ ਜਿਹੜੇ ਜਾਂਦੇ ਨੇ, ਨਤਮਸਤਕ ਹੁੰਦੇ ਨੇ, ਸਾਰੇ ਜਾਣੇ ਜਾਂਦੇ ਨੇ, ਸੋ ਉਹਨਾਂ ਦੇ ਨਾਲ ਸੰਪਰਕ ਕਰੋ। ਪ੍ਰਬੰਧਕਾਂ ਨੂੰ ਚਾਹੀਦਾ ਆ ਵੀ ਉਹ ਫਿਰ ਦੱਸਣ ਵੀ ਕੀ ਪ੍ਰੀਕੋਸ਼ਨਸ ਜਿਹੜੇ ਆ ਉਹ ਲਏ ਜਾ ਸਕਦੇ ਨੇ, ਵੀ ਰੱਬ ਨਾ ਕਰੇ ਜੇ ਕੋਈ ਇੱਦਾਂ ਦੀ ਚੀਜ਼ ਵਾਪਰਦੀ ਆ ਜਾਂ ਉਹ ਫੈਲਣ ਦਾ ਖਤਰਾ ਜਿਹੜਾ ਇੱਕ ਵਾਰੀ ਬਣਦਾ ਆ ਜਾਂ ਅਮਰੀਕਾ ਦੇ ਵਿੱਚ ਉਹ ਫੈਲ ਰਹੀ ਆ, ਨਹੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਾਬੂ ਦੇ ਵਿੱਚ ਰੱਖਣਾ ਆ ਤਾਂ ਜੋ ਇਹ ਨਾ ਹੋਵੇ ਵੀ ਇੱਕ ਤੋਂ ਫਿਰ ਸਾਰਿਆਂ ਨੂੰ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਉਹ ਫੈਲ ਜਾਵੇ। ਜੀ, ਸੋ ਅਗਲੀ ਜਿਹੜੀ ਆ ਵੀ ਕੋਈ ਵੀ ਜਿਹੜਾ ਆਪਣਾ ਸਰੋਤਾ ਜਿਹੜਾ ਇੰਡੀਆ ਜਾ ਰਿਹਾ ਹੈਗਾ, ਪਲੀਜ਼ ਧਿਆਨ ਨਾਲ ਸੋਚ ਕੇ ਜਾਓ, ਕਿਉਂਕਿ ਇੱਕ ਤਾਂ ਹੁਣ ਉੱਥੇ ਇੰਨੀ ਵਾਇਲੈਂਸ ਹੋ ਰਹੀ ਆ, ਦੂਜਾ ਕਰੋਨਾ ਵਾਇਰਸ ਨੂੰ ਲੈ ਕੇ ਚਾਈਨਾ ਵੱਲ ਦੀ ਜਾਂ ਜਿਹੜੇ ਇਹਨਾਂ ਮੁਲਕਾਂ ਵੱਲ ਦੀਆਂ ਜਿਹੜੀਆਂ ਫਲਾਈਟਾਂ ਆ ਉਹ ਟੋਟਲੀ ਬੰਦ ਹੈਗੀਆਂ। ਜੇ ਆਉਂਦੀਆਂ ਆ ਤਾਂ ਇੱਥੇ ਫਿਰ ਉਹ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੰਦੇ ਜਾਂ ਉਹਨਾਂ ਦੀ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਹੁੰਦੀ ਆ। ਮਿਡਲ ਈਸਟ ਦੇ ਵਿੱਚ ਵੀ ਕਾਫੀ ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਉਹ ਲੱਭੇ ਗਏ ਆ, ਖਾਸ ਕਰਕੇ ਉਹਨੂੰ ਦੇਖ ਕੇ ਹੁਣ ਜਿਹੜਾ ਯੂਰਪ ਆ ਉਹਨਾਂ ਨੇ ਜਿੰਨੇ ਵੀ ਲੋਕ ਮਿਡਲ ਈਸਟ ਤੋਂ ਜਾਂਦੇ ਆ ਉਹਨਾਂ ਨੂੰ ਜਿਹੜਾ ਤੰਗ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈਗਾ ਕਾਫੀ। ਸੋ ਮਿਡਲ ਈਸਟ ਵੱਲ ਦੀ ਵੀ ਜਿਹੜੀਆਂ ਫਲਾਈਟਾਂ ਆਉਂਦੀਆਂ ਆ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਹੈਗਾ। ਸੋ ਪਲੀਜ਼ ਜੇ ਕਿਸੇ ਨੂੰ ਬਾਹਲਾ ਹੀ ਐਮਰਜੈਂਸੀ ਜਾਣਾ ਪੈਣਾ ਹੈ ਨਾ ਉਹੀ ਜਾਓ, ਅਤੇ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਆ ਰਿਹਾ ਮੇਕ ਸ਼ੋਰ ਕਰੋ ਵੀ ਤੁਸੀਂ ਉਸ ਮੁਲਕ ਦੇ ਰਾਹੀਂ ਜਿਹੜੀ ਫਲਾਈਟ ਆ ਰਹੀ ਆ ਉਹਦੇ ਰਾਹੀਂ ਆਓ ਤਾਂ ਕਿ ਤੁਹਾਨੂੰ ਇੱਥੇ ਇਮੀਗ੍ਰੇਸ਼ਨ ਕੰਸਲਟੈਂਟ ਵਾਲੇ ਜ਼ਿਆਦਾ ਤੰਗ ਨਾ ਕਰਨ। ਬਹੁਤ ਸਾਰੇ ਜਿਹੜੀਆਂ ਇੱਥੇ ਔਰਗੇਨਾਈਜੇਸ਼ਨਸ ਆ, ਹੁਣ ਮੈਂ ਕੱਲ੍ਹ ਇੱਕ ਨਿਊਜ਼ ਦੇਖਦਾ ਸੀ ਉਹ ਉਹਨਾਂ ਨੇ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਤੁਸੀਂ ਜਿਹੜੇ ਏਸ਼ੀਅਨ ਲੋਕ ਆ ਉਹਨਾਂ ਦੀ ਡਿਸਕ੍ਰਿਮੀਨੇਸ਼ਨ ਕਰ ਰਹੇ ਹੈਗੇ ਆ, ਅਤੇ ਸੀ ਡੀ ਸੀ ਦਾ ਇੱਕ ਇੰਪਲਾਈ ਉੱਥੇ ਜਵਾਬ ਦੇ ਰਿਹਾ ਸੀ, ਉਹ ਕਹਿੰਦਾ ਵੀ ਦੇਖੋ ਜਿੱਥੇ ਸਭ ਤੋਂ ਵੱਧ ਇਹ ਬਿਮਾਰੀ ਫੈਲੀ ਆ ਚਾਈਨਾ 'ਚ, ਉਹਨਾਂ ਨੇ ਆਪਣਾ ਪੂਰੇ ਦਾ ਪੂਰਾ ਸ਼ਹਿਰ ਜਿਹੜਾ ਉਹਨੂੰ ਲੋਕਡਾਊਨ ਕੀਤਾ ਹੋਇਆ ਆ। ਸੋ ਸਾਨੂੰ ਇਹ ਪ੍ਰੀਕੋਸ਼ਨ ਲੈਣੀ ਪੈਣੀ ਹੈਗੀ ਆ ਵੀ ਅਸੀਂ ਕਿਸੇ ਨੂੰ ਯੂ ਐੱਸ ਏ ਦੇ ਵਿੱਚ ਐਂਟਰ ਹੋਣ ਦੇਣਾ ਜਾਂ ਨਹੀਂ ਹੋਣ ਦੇਣਾ। ਜੇ ਐਂਟਰ ਹੋਣ ਦੇਣਾ ਤਾਂ 2 ਵੀਕ ਉਹਨੂੰ ਕਿਸੇ ਏਅਰਫੋਰਸ ਬੇਸ 'ਤੇ ਜਾਂ ਕਿੱਥੇ ਰੱਖਣਾ ਹੈਗਾ ਜਾਂ ਕਿਹੜੇ ਹੋਸਪਿਟਲ 'ਚ ਰੱਖਣਾ ਆ। ਸੋ ਬਹੁਤ ਹੀ ਇਹ ਜਿਹੜਾ ਆ ਹੌਲੀ ਹੌਲੀ, ਕਿਉਂਕਿ ਦੇਖਿਆ ਆਪਾਂ 2 ਦਿਨਾਂ 'ਚ ਕਿੱਦਾਂ ਸਟੋਕ ਮਾਰਕੀਟ 'ਤੇ ਇਫੈਕਟ ਹੋਇਆ, ਅਤੇ ਕਰੋਨਾ ਵਾਇਰਸ ਕਹਿੰਦੇ ਜ਼ਿਆਦਾ ਫੈਲ ਸਕਦੀ ਹੈਗੀ ਆ। ਜੀ ਜੀ, ਅੱਜ ਸਟੋਕ ਮਾਰਕੀਟ ਅੱਜ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਜਿਹੜੀ ਬਿਹਤਰ ਆ ਉਹ ਚੱਲਦੀ ਹੈ। ਸੋ 200 ਪੁਆਇੰਟ ਤਕਰੀਬਨ 150 ਪੁਆਇੰਟ ਜਿਹੜਾ ਉਹ ਉੱਤੇ ਹਾਲ ਦੀ ਘੜੀ ਜਿਹੜੀ ਉਹ ਚੱਲ ਰਹੀ ਹੈ ਲਗਾਤਾਰ 4-5 ਦਿਨ ਜਿਹੜੇ ਉਹ ਡਾਊਨ ਜਾਣ ਤੋਂ ਬਾਅਦ ਦੇ ਵਿੱਚ, ਪਰ ਅਜੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਕਹਿ ਲਓ ਵੀ ਅਸਰ ਜਿਹੜਾ ਘਾਟੇ 'ਚ ਗਿਆ ਉਹ ਪੂਰਾ ਜਲਦੀ ਨਹੀਂ ਹੁੰਦਾ। ਅਤੇ ਨਾਲ ਹੀ ਕਿਉਂਕਿ ਇਸ ਸਾਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਹਰਜੋਤ ਸਿੰਘ ਜੀ, ਬਹੁਤ ਜ਼ਿਆਦਾ ਜਿਹੜੇ ਇਸ ਵਾਰ ਜ਼ਰੂਰੀ ਜਿਹੜੇ ਸਾਲ ਬਹੁਤ ਜ਼ਰੂਰੀ ਹੈ 2020 ਆਪਾਂ ਬਾਰ ਬਾਰ ਕਹਿ ਰਹੇ ਹਾਂ, ਮਰਦਮਸ਼ੁਮਾਰੀ ਵੀ ਹੋਣੀ ਆ, ਹੁਣ ਉਹਦੇ ਵਿੱਚ ਵੀ ਲੋਕਾਂ ਦੇ ਨਾਲ ਇੱਕ ਦੂਜੇ ਦਾ ਜਿਹੜਾ ਉਹ ਮਿਲਣਾ ਆ, ਉਹ ਉੱਥੇ ਲੋਕਾਂ ਨੇ ਨੌਕ ਔਨ ਦਾ ਡੋਰ ਵੀ ਜਿਹੜਾ ਉਹ ਕਰਨਾ ਆ, ਉਹ ਤੋਂ ਬਾਅਦ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਆ ਉਹ ਵੀ ਹੈਗੀਆਂ ਆ, ਉੱਤੋਂ ਇਹ ਕਰੋਨਾ ਵਾਇਰਸ ਦਾ ਡਰ ਆ, ਅਤੇ ਟੋਕੀਓ ਜਪਾਨ ਦੇ ਵਿੱਚ ਇਸ ਸਾਲ ਓਲੰਪਿਕਸ ਵੀ ਹੈਗੀਆਂ ਨੇ, ਸਮਰ ਓਲੰਪਿਕਸ ਹੋ ਸਕਦੀਆਂ ਨਹੀਂ ਉੱਦਾਂ ਮੈਂ, ਹਾਂਜੀ ਪਹਿਲਾਂ ਖਬਰ ਆ ਰਹੀ ਆ ਵੀ ਜੇ ਕਹਿੰਦੇ ਕੰਟਰੋਲ ਨਾ ਹੋਇਆ ਜੀ ਅਤੇ ਉੱਦਾਂ ਟੋਕੀਓ ਦੇ ਔਰਗਨਾਈਜ਼ਰ ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਆ ਉਹਨਾਂ ਨੇ ਹੁਣ ਤੋਂ ਕੁਛ ਘੰਟੇ ਪਹਿਲਾਂ ਹੀ ਜਿਹੜਾ ਉਹ ਬਿਆਨ ਦਿੱਤਾ ਆ, ਉਹ ਕਹਿੰਦੇ ਵੀ ਜਿਹੜੀਆਂ ਓਲੰਪਿਕਸ ਆ ਐਜ਼ ਪਲੈਨਡ ਜਿਹੜੀਆਂ ਆ ਉਹ ਹੋਣਗੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦੇ ਉੱਤੇ ਕੋਈ ਚੇਂਜਿਸ ਹੋ ਸਕਦੇ ਜਾਂ ਨਹੀਂ ਹੋ ਸਕਦੇ ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਜੁਲਾਈ ਦੇ ਵਿੱਚ ਹਰਜੋਤ ਸਿੰਘ ਜੀ ਇਹ ਸਮਰ ਓਲੰਪਿਕਸ ਉੱਥੇ ਹੋਣੀਆਂ ਨੇ ਜਿਹੜੀਆਂ 24 ਜੁਲਾਈ ਤੋਂ ਲੈ ਕੇ 9 ਅਗਸਤ ਤੱਕ। ਸੋ ਉਮੀਦ ਇਹੀ ਆ ਵੀ ਉਸ ਤੋਂ ਪਹਿਲਾਂ ਤੱਕ ਜਿਹੜਾ ਕਰੋਨਾ ਵਾਇਰਸ ਆ ਉਸ ਦੇ ਉੱਤੇ ਜਿਹੜਾ ਕਾਬੂ ਆ ਉਹ ਪਾਲਿਆ ਜਾਵੇ। ਇੱਕ ਟਾਈਮ ਦੇ ਉੱਤੇ ਚਰਚਾ ਜਿਹੜੀ ਉਹ ਜ਼ਰੂਰ ਚੱਲੀ ਸੀ ਵੀ ਪਤਾ ਨਹੀਂ ਵੀ ਟੋਕੀਓ ਵਾਲੇ ਸੋਚ ਰਹੇ ਆ ਵੀ ਜੇ ਕਰੋਨਾ ਵਾਇਰਸ 'ਤੇ ਕਾਬੂ ਨਾ ਹੋਇਆ ਤਾਂ ਆਪਾਂ ਇਹਨਾਂ ਨੂੰ ਕੈਂਸਲ ਵੀ ਕਰ ਸਕਦੇ ਹਾਂ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਉਹ ਬਣਦਾ ਹੈ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਹੋਣ ਜਾ ਰਿਹਾ ਆ,
ਅਤੇ ਉਮੀਦ ਕਰਦੇ ਹਾਂ ਵੀ ਇਸ ਦੇ ਉੱਤੇ ਜਲਦੀ ਜਿਹੜਾ ਉਹ ਕਾਬੂ ਪਾ ਲਿਆ ਜਾਵੇਗਾ। ਜੀ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਉਹ ਸਾਂਝੀਆਂ ਕਰਾਂਗੇ। Yuba City 1450 AM, KAID Sacramento 1470 AM, KWRU Fresno 1300 AM, KLHC Bakersfield 1350 AM. ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ? ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ, ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਇਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ, ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਚੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ, ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ, ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ ਚੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਚੀਨਾ ਜਵੈਲਰਸ, 7454 ਟੋਕਟਨ ਬੁਲੇਵਰਡ, ਸੈਕਰਮੈਂਟੋ। ਫੋਨ ਨੰਬਰ 916-956-3094। ਭਾਗਵਾਨ ਨੇ, ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ, ਦਾ ਓਰਿਜਿਨਲ ਸ਼ਿਕਾਗੋਸ ਪੀਜ਼ਾ ਐਂਡ ਕਰੀ ਐਲਗਰੋਵ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। ਦਾ ਓਰਿਜਿਨਲ ਸ਼ਿਕਾਗੋਸ ਪੀਜ਼ਾ ਐਂਡ ਕਰੀ, 9308 ਐਲਕ ਗ੍ਰੋਵ ਬੁਲੇਵਾਰਡ, ਸਵੀਟ 100 ਐਲਕ ਗ੍ਰੋਵ। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ 7 ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-478-44-44, 9164784444, ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। ਦਾ ਓਰਿਜਿਨਲ ਸ਼ਿਕਾਗੋਸ ਪੀਜ਼ਾ ਐਂਡ ਕਰੀ ਐਲਕ ਗ੍ਰੋਵ। ਸਰਦਾਰ ਜੀ, ਸੋਹਣਾ ਜਿਹਾ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਹਣਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿਹਨਾਂ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ, ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ, ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1,00,000 ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ, ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ, ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ, ਨਾਲੇ ਫਾਈਨਾਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ, 9165500758, 916-550-0758, ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1,000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ, ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1,399 ਵਿੱਚ। ਫਲਾਇਰ, ਬਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵਲੋਪਸ, ਰੋਲ ਲੇਬਲ, ਸਟਿਕਰ, ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 916-525-5476, 916-525-5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ, ਮਨਜ਼ੂਰ ਲਾਅ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-306-1665, 916-306-1665, ਮਨਜ਼ੂਰ ਲਾਅ ਫਰਮ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM।
ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਤੋਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮੈਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀ ਹੋਰ ਵਾ ਚੱਲੀਏ ਜਿਹੜੀ ਆ ਰਹੀ ਆ ਇਮੀਗ੍ਰੇਸ਼ਨ ਅਤੇ ਸੈਂਚਰੀ ਸਿਟੀਜ਼ ਨੂੰ ਲੈ ਕੇ। ਕਹਿੰਦੇ ਪਈ ਇੱਕ ਅਪੀਲ ਕੋਰਟ ਦੇ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਓਕੇ ਕਰ ਦਿੱਤੀ ਆ ਵੀ ਹਾਂ ਉਹ ਜਿਹੜੀ ਸੈਂਚਰੀ ਸਿਟੀਜ਼ ਨੂੰ ਜਿਹੜੀ ਫੰਡਿੰਗ ਹੁੰਦੀ ਹੈਗੀ ਆ ਗ੍ਰਾਂਟਸ ਹੁੰਦੀਆਂ ਉਹ ਰੋਕ ਸਕਦੇ ਹੈਗੇ ਆ ਜੇ ਸੈਂਚਰੀ ਸਿਟੀਜ਼ ਜਿਹੜੀਆਂ ਆ ਕੋਪਰੇਟ ਨਹੀਂ ਕਰਦੀਆਂ ਹੋਮਲੈਂਡ ਸਕਿਉਰਿਟੀ ਦੇ ਨਾਲ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਐਰੀਜ਼ੋਨਾ ਦੇ ਬਾਰਡਰ ਦੇ ਉੱਤੇ 254 ਪਾਊਂਡ ਜਿਹੜੀ ਇੱਕ ਫੈਂਟਨਿਲ ਆ ਉਹ ਫੜੀ ਗਈ ਆ ਸੀਜ਼ ਕੀਤੀ ਗਈ ਆ ਬਾਰਡਰ ਪੈਟਰੋਲ ਦੇ ਦੁਆਰਾ। ਕਹਿੰਦੇ ਵੀ ਇਸ ਦੇ ਨਾਲ ਕਈ ਜਿਹੜੇ ਆ ਉਹ ਕਹਿੰਦੇ ਵੀ ਇੰਨੀ ਵੱਡੀ ਜਿਹੜੀ ਡਰੱਗ ਸੀਜ਼ ਜਿਹੜੀ ਹੋਈ ਆ ਵੀ ਵਨ ਆਫ ਦਾ ਲਾਰਜੈਸਟ ਫੈਂਟਨਲ ਬਸ ਸੀਗੀ ਜਿਹਦੇ ਨਾਲ 229 ਮਿਲੀਅਨ ਅਮੈਰੀਕਨ ਜਿਹੜੇ ਉਹ ਮਾਰੇ ਜਾ ਸਕਦੇ ਸੀਗੇ। ਸੋ ਓਪੀਆਇਡ ਐਪੀਡੈਮਿਕ ਦੇ ਦੌਰਾਨ ਇਸ ਤਰੀਕੇ ਦੀ ਵੱਡੀ ਜਿਹੜੀ ਫੈਂਟਨਲ ਆ ਉਸਨੂੰ ਜਿਹੜਾ ਉਹ ਫੜਿਆ ਗਿਆ ਹੈਗਾ ਆ। ਕਹਿੰਦੇ ਵੀ ਹੁਣ ਤੱਕ 2018 ਦੇ ਵਿੱਚ 68,000 ਜਿਹੜੇ ਅਮਰੀਕੀ ਆ ਅਜਿਹੀਆਂ ਹੀ ਜਿਹੜੇ ਨਸ਼ੀਲੇ ਪਦਾਰਥ ਆ ਓਪੀਓਇਡ ਦੇ ਨਾਲ ਸੰਬੰਧਿਤ ਜਿਹੜੇ ਆ ਉਹਨਾਂ ਨੂੰ ਉਹਨਾਂ ਦਾ ਸੇਵਨ ਕਰਕੇ ਓਵਰਡੋਜ਼ ਕਰਕੇ ਜਿਹੜੇ ਉਹ ਮਾਰੇ ਜਾ ਚੁੱਕੇ ਸੀਗੇ। ਸੋ ਇਹ ਬਹੁਤ ਜ਼ਿਆਦਾ ਇੱਕ ਖਤਰੇ ਦਾ ਜਿਹੜਾ ਘੁੱਗੂ ਉਹ ਵੱਜ ਰਿਹਾ। ਕਹਿੰਦੇ ਵੀ ਇਹ ਜਿਹੜੀ ਫੈਂਟਨਲ ਆ ਉਹ ਚਾਈਨਾ ਤੋਂ ਜਿਹੜੀ ਉਹ ਬਣ ਕੇ ਆਈ ਆ ਸਮਗਲ ਕੀਤੀ ਜਾਂਦੀ ਆ ਯੂ ਐੱਸ ਏ ਦੇ ਵਿੱਚ ਮੈਕਸੀਕੋ ਦੇ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਦੇ ਦੁਆਰਾ। ਸੋ 254 ਪਾਉਂਡ ਦੀ ਜਿਹੜੀ ਇਹ ਬਸਟ ਆ ਇਹ ਕਹਿੰਦੇ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਹੁਣ ਤੱਕ ਦੀ ਜਿਹੜੀ ਇੱਕ ਵੱਡੀ ਜਿਹੜੀ ਆ ਉਹ ਜਿਹੜੀ ਦੇਖੀ ਗਈ ਆ। ਅਤੇ ਕਹਿੰਦੇ ਵੀ ਪਿਛਲੀਆਂ 6 ਜਿਹੜੀਆਂ ਬਸਟ ਆ ਉਸ ਦੇ ਵਿੱਚ ਕੁੱਲ 818 ਪਾਊਂਡ ਫੈਂਟਨਲ ਜਿਹੜੀ ਆ ਉਹ ਫੜੀ ਗਈ ਆ ਜਿਹੜੀ ਦੱਸਿਆ ਜਿੱਦਾਂ 229 ਮਿਲੀਅਨ ਲੋਕਾਂ ਨੂੰ ਮਾਰਨ ਦੇ ਲਈ ਕਾਫੀ ਹੈਗੀ ਆ। ਜੀ ਦੇਖੋ ਕਿੰਨੀ ਖਤਰਨਾਕ ਜਿਹੜੀ ਇਹ ਡਰੱਗ ਹੈਗੀ ਆ ਜਿਹਦੇ ਨਾਲ ਇੰਨੀਆਂ ਜ਼ਿਆਦਾ ਮੌਤਾਂ ਹੋ ਸਕਦੀਆਂ ਹੈਗੀਆਂ। ਸੋ ਜਿਹੜੀ ਹੈਗੀ ਆ ਬਾਰਡਰ ਪੈਟਰੋਲ ਏਜੰਟ ਟਰਾਈ ਤਾਂ ਕਰਦੇ ਆ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਪਰ ਕੀ ਪਤਾ ਕਿਹੜੇ ਟਰੱਕ ਦੇ ਵਿੱਚ ਕੀ ਜਾ ਰਿਹਾ ਹੈਗਾ ਆ। ਸੋ ਇਹ ਸਭ ਤੋਂ ਵੱਡਾ ਬਸਟ ਜਿਹੜਾ ਆ ਇਹ ਫੜਿਆ ਗਿਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇੱਕ ਗੱਲ ਕਰਦੇ ਹਾਂ ਜਿਹੜਾ ਮਾਰਦੀ ਗ੍ਰਾ ਨਿਊ ਔਰਲੀਨਜ਼ ਦੇ ਵਿੱਚ ਕਾਫੀ ਜਿਹੜੇ ਰੌਣਕ ਮੇਲੇ ਵਾਲਾ ਜਿਹੜਾ ਉਹਨਾਂ ਦਾ ਉੱਥੇ ਤਿਉਹਾਰ ਜਿਹਾ ਹੁੰਦਾ ਆ ਉਸ ਦੇ ਵਿੱਚ ਇੱਕ ਫਲੋਟ ਕਹਿੰਦੇ ਲੈ ਕੇ ਗਿਆ ਸੀ ਕੋਈ ਐਪਸਟਿਨ ਡਿਡਨਟ ਕਿਲ ਹਿਮਸੈਲਫ ਵੀ ਉਹਨੇ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਸੀ ਮਾਰਿਆ ਕਿਉਂਕਿ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਆ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਬਣਿਆ ਰਿਹਾ ਕਿਉਂਕਿ ਇਸ 'ਤੇ ਇਹ ਵੀ ਸੀਗਾ ਵੀ ਵੱਡੇ ਵੱਡੇ ਪੋਲੀਟੀਸ਼ੀਨਾਂ ਦੇ ਨਾਲ ਦੋਨੋਂ ਹੀ ਪਾਸਿਓਂ ਜਿਹੜੇ ਆ ਉਹ ਸੰਬੰਧ ਸੀਗੇ ਅਤੇ ਇਸ ਦੇ ਮੌਤ ਨੂੰ ਜਿਹੜਾ ਸੂਸਾਈਡ ਜਿਹੜਾ ਉਹ ਘੋਸ਼ਿਤ ਕੀਤਾ ਗਿਆ ਸੀਗਾ। ਅਤੇ ਜਦ ਇਹ ਫਲੋਟ ਜਿਹੜਾ ਆ ਉਹ ਸਾਹਮਣੇ ਆਇਆ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਉਹ ਵਿਵਾਦ ਇੱਕ ਵਾਰੀ ਫਿਰ ਜਿਹੜਾ ਉਹ ਭਖਿਆ ਹੈਗਾ ਆ ਵੀ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਇਹ ਚੀਜ਼ ਹੈਗੀ ਆ ਵੀ ਇਸ ਨੇ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਮਾਰਿਆ ਬਲਕਿ ਇਸ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਤਲ ਕੀਤਾ ਗਿਆ। ਇਹ ਕਥਿਤ ਤੌਰ ਦੇ ਉੱਤੇ ਕਈ ਲੋਕਾਂ ਦਾ ਦਾਅਵਾ ਹੈਗਾ ਆ। ਇਸ ਦੇ ਪਰਿਵਾਰ ਦੇ ਵੱਲੋਂ ਇੱਕ ਅਟੋਪਸੀ ਵੀ ਜਿਹੜੀ ਉਹ ਪੇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਜਿਹੜੇ ਜਿਹੜੀਆਂ ਇਹਦੀਆਂ ਧੌਣ ਦੇ ਵਿੱਚ ਗਲੇ ਦੇ ਵਿੱਚ ਜਿਹੜੀਆਂ ਸੱਟਾਂ ਆ ਉਹ ਸੂਸਾਈਡ ਦੇ ਨਾਲ ਜਿਹੜੀਆਂ ਮੇਲ ਨਹੀਂ ਖਾਂਦੀਆਂ ਬਲਕਿ ਮਰਡਰ ਦੇ ਨਾਲ ਮੇਲ ਖਾਂਦੀਆਂ ਨੇ ਜੀ। ਅਗਲੀ ਖਬਰ ਜਿਹੜੀ ਆ ਬੇਰੀਆ ਤੋਂ ਆ ਰਹੀ ਆ। ਈਵਨ ਦੋ ਕਹਿੰਦੇ ਪਈ ਜਿਹੜਾ ਇਸ ਵਾਰੀ ਡਰਾਊਟ ਦੀ ਸਿਚੁਏਸ਼ਨ ਬਣ ਸਕਦੀ ਆ ਕਿਉਂਕਿ ਜਿਹੜੇ ਮੀਂਹ ਆ ਉਹ ਬਹੁਤ ਘੱਟ ਪਏ ਹੈਗੇ ਆ ਪਰ ਸੈਨੋਜ਼ੇ ਦੇ ਲਾਗੇ ਇੱਕ ਰਿਜ਼ਰਵਾਇਰ ਹੈਗਾ ਐਂਡਰਸਨ ਰਿਜ਼ਰਵਾਇਰ ਉਸ ਨੂੰ ਜਿਹੜੀਆਂ ਫੈਡਰਲ ਅਥਾਰਟੀਜ਼ ਆ ਉਹਨਾਂ ਨੇ ਇਹ ਕਿਹਾ ਵੀ ਇਸ ਨੂੰ ਡਰੇਨ ਕੀਤਾ ਜਾਵੇ ਇਹਦਾ ਜਿਹੜਾ ਪਾਣੀ ਆ ਉਹ ਕੱਢਿਆ ਜਾਵੇ ਕਿਉਂਕਿ ਜੇ ਕਿਤੇ ਭੂਚਾਲ ਆ ਜਾਂਦਾ ਉਹਦੇ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਬਿਲਕੁਲ ਉਹਦੇ ਬੰਨ੍ਹ ਦੇ ਜਿਹੜੇ ਟੁੱਟਣ ਦਾ ਖਤਰਾ ਹੈਗਾ ਆ ਅਤੇ ਉਹ ਪਾਣੀ ਫਿਰ ਜਿਹੜਾ ਫਿਰ ਹੜ੍ਹ ਦੇ ਰੂਪ ਦੇ ਵਿੱਚ ਨੁਕਸਾਨ ਜਿਹੜਾ ਉਹ ਕਰ ਸਕਦਾ ਹੈ। ਸੋ ਸਾਰਾ ਪਾਣੀ ਨਹੀਂ ਕੁਛ ਮਾਤਰਾ ਜਿਹੜੀ ਆ ਉਸ ਦੇ ਵਿੱਚੋਂ ਪਾਣੀ ਦੀ ਜਿਹੜੀ ਉਹ ਡਰੇਨ ਕਰਨ ਦੀ ਆਖੀ ਗਈ ਆ। ਯਾਦ ਹੋਣਾ ਅੱਜ ਤੋਂ ਹਰਜੋਤ ਸਿੰਘ ਜੀ 2 ਸਾਲ ਪਹਿਲਾਂ ਇਸੇ ਹੀ ਰੈਜ਼ਰਵਾਇਰ ਦੇ ਵਿੱਚੋਂ ਉਦੋਂ ਕਾਫੀ ਪਾਣੀ ਜਿਹੜਾ ਆ ਜਦੋਂ ਓਵਰਫਲੋ ਹੋ ਰਿਹਾ ਸੀ ਕਾਫੀ ਮੀਂਹ ਪੈਣ ਦੇ ਕਰਕੇ ਜਿਹੜੇ ਦੱਖਣ ਵਾਲੇ ਸੈਨ ਹੋਜ਼ੇ ਦੇ ਇਲਾਕੇ ਦੇ ਵਿੱਚ ਉਦੋਂ ਹੜ੍ਹ ਵੀ ਆਏ ਸੀਗੇ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਂਸਸ ਦੇ ਸੂਬੇ ਦੇ ਵਿੱਚ ਇੱਕ ਬੰਦੇ ਨੂੰ ਗਲਤ ਜਿਹੜੇ ਆ ਸਬੂਤਾਂ ਦੇ ਆਧਾਰ ਦੇ ਉੱਤੇ
ਉਸ ਨੂੰ 23 ਸਾਲ ਜਿਹੜੇ ਆ ਜੇਲ੍ਹ ਦੇ ਵਿੱਚ ਕੱਟਣੇ ਪਏ। ਉਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਜਿਹੜਾ ਉਸਨੇ ਜਿਹੜਾ ਸਿਟੀ ਨੂੰ ਜਿਹੜਾ ਸੂਬੇ ਨੂੰ ਜਿਹੜਾ ਸੂ ਕੀਤਾ ਅਤੇ ਕਹਿੰਦੇ ਹੁਣ ਉਸਨੂੰ $1.5 million ਜਿਹੜਾ ਆ ਉਹ ਮਿਲਣ ਜਾ ਰਿਹਾ ਆ। ਇਹ ਅਫਰੀਕਨ ਅਮੈਰੀਕਨ ਮੂਲ ਦਾ ਲੇਮੋਂਟੇ ਨਾਂ ਦਾ ਜਿਹੜਾ ਬੰਦਾ 23 ਸਾਲ ਜਿਹੜਾ ਜੇਲ੍ਹ ਦੇ ਵਿੱਚ ਸਲਾਖਾਂ ਦੇ ਪਿੱਛੇ ਰਿਹਾ ਡਬਲ ਮਰਡਰ ਦੇ ਜਿਹੜੇ ਦੋਸ਼ਾਂ ਦੇ ਵਿੱਚ, ਜਿਹੜਾ ਉਸਨੇ ਕਮਿਟ ਹੀ ਜਿਹੜਾ ਉਹ ਨਹੀਂ ਕੀਤਾ ਸੀ। 17 ਸਾਲ ਇਸ ਦੀ ਮਹਿਜ ਉਮਰ ਸੀ ਜਦ ਇਸ ਨੂੰ ਜਿਹੜਾ ਆ ਹੱਥਕੜੀਆਂ ਲਾ ਕੇ ਇਸ ਦੇ ਉੱਤੇ ਜਿਹੜੇ ਦੋਸ਼ ਆ ਝੂਠੇ ਹਿਸਾਬ ਦੇ ਨਾਲ ਦੋਸ਼ ਜਿਹੜੇ ਸਾਬਤ ਕਰਕੇ ਇਸ ਦੀ ਜਿਹੜੀ ਜ਼ਿੰਦਗੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਪੂਰੀ ਦੀ ਪੂਰੀ ਤਬਾਹ ਜਿਹੜੀ ਉਹ ਕਰ ਦਿੱਤੀ ਗਈ। ਅਕਸਰ ਜਦੋਂ ਆਪਾਂ ਇਹ ਖਬਰ ਕਰਦੇ ਹਾਂ ਤਾਂ ਇਹਨਾਂ ਦੇ ਵਿੱਚ ਬਹੁਤਾਤ ਦੇ ਵਿੱਚ ਮਜੋਰਟੀ ਜਿਹੜੇ ਆ ਉਹ ਕਲਰ ਜਿਹੜੇ ਆ ਉਹ ਮੂਲ ਦੇ ਜਿਹੜੇ ਆ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਦੇ ਨਾਲ ਧੱਕਾ ਹੋਇਆ ਹੁੰਦਾ ਆ ਜੀ। ਸੋ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ, ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਨਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC